ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ। ਜੀ ਹਾਂ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ, ਪਰਖ ਹੁੰਦੀ ਉਸ ਵੇਲੇ ਸੱਜਣ ਦੀ ਜਦ ਬਾਜ਼ੀ ਪੁੱਠੀ ਪੈਂਦੀ। ਵਿੱਚ ਥਲਾਂ ਦੇ ਜਿਸਦਮ ਸੱਸੀ ਬੈਠ ਖਰੇ ਸੀ ਰੋਂਦੀ, ਨੱਸ ਗਿਆ ਕਜਲਾ ਰੁੜ ਪੁੜ ਜਾਣਾ ਅਤੇ ਸਾਥ ਛੱਡਿਆ ਹੱਥਾਂ ਦਾ ਮਹਿੰਦੀ, ਅਤੇ ਸਾਥ ਛੱਡਿਆ ਹੱਥਾਂ ਦਾ ਮਹਿੰਦੀ। ਜੀ ਹਾਂ, ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹਨਾਂ ਸਤਰਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਹੀ ਹੈ ਤੁਹਾਨੂੰ, ਪੰਜਾਬ ਦੇ ਵਿੱਚ ਇਲੈਕਸ਼ਨਾਂ ਹੋ ਗਈਆਂ, ਕੈਨੇਡਾ ਦੇ ਵਿੱਚ ਹੋ ਰਹੀਆਂ ਨੇ, ਔਰ ਇਲੈਕਸ਼ਨਾਂ ਤਾਂ ਆਪਣੀਆਂ ਜੇ ਦੇਖਿਆ ਜਾਵੇ ਤਾਂ ਗੁਰਦੁਆਰਾ ਸਾਹਿਬ ਦੀਆਂ ਮਾਣ ਨਹੀਂ ਹੁੰਦੀਆਂ, ਇਹ ਤਾਂ ਫਿਰ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਕੈਨੇਡਾ ਵਿੱਚ ਹੋ ਰਹੀਆਂ ਨੇ ਵੋਟਾਂ। ਅਤੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ MLA ਦੀਆਂ ਉਹਦੇ ਵਾਸਤੇ ਵੋਟਾਂ ਹੋ ਰਹੀਆਂ ਨੇ। ਖੈਰ, ਕੈਨੇਡਾ ਦੀ ਥੋੜ੍ਹੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ। ਕੈਨੇਡਾ ਦੇ ਵਿੱਚ ਰਿਜ਼ਲਟ ਆ ਰਹੇ ਨੇ ਧੜਾ ਧੜ, ਅਤੇ ਲਿਬਰਲ ਪਾਰਟੀ ਵਾਲੇ ਅਜੇ ਅੱਗੇ ਚੱਲ ਰਹੇ ਨੇ, ਅਤੇ ਪੂਰੇ ਰਿਜ਼ਲਟ ਜਿਹੜੇ ਆ ਉਹ ਤੁਹਾਡੇ ਨਾਲ ਸਾਡੇ ਖਬਰਾਂ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਸਾਂਝੇ ਹੁੰਦੇ ਰਹਿਣਗੇ। ਚਲੋ, ਖੈਰ, ਰਿਜ਼ਲਟ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਰਾਜ ਆਵੇ, ਉੱਥੇ ਕਿਸੇ ਵੀ ਪਾਰਟੀ ਸਰਕਾਰ ਬਣੇ, ਪੰਜਾਬੀਆਂ ਦੀ ਬੱਲੇ ਬੱਲੇ ਤਾਂ ਚਾਰ ਚੁਫੇਰੇ ਹੋਣੀ ਹੋਣੀ ਹੈ, ਕਿਉਂਕਿ ਹਰ ਪਾਰਟੀ ਦੇ ਵਿੱਚ ਹੀ ਪੰਜਾਬੀ ਖੜ੍ਹੇ ਨੇ, ਇੱਥੋਂ ਤੱਕ ਕਿ ਪੰਜਾਬੀਆਂ ਦੇ ਖਿਲਾਫ਼ ਹੀ ਪੰਜਾਬੀ ਖੜ੍ਹੇ ਨੇ। ਸੋ ਇਸ ਕਰਕੇ ਪੰਜਾਬੀਆਂ ਦੀ ਬੱਲੇ ਬੱਲੇ ਹੈਗੀ ਹੈ ਅਤੇ ਪੰਜਾਬੀਆਂ ਦੀ ਬੱਲੇ ਬੱਲੇ ਰਹੇਗੀ। ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਪ੍ਰੋਫੈਸਰ ਮੋਹਨ ਸਿੰਘ ਦਾ, ਤਾਂ ਫਿਰ ਉਹਨਾਂ ਦੀ ਵੀ ਅੱਜ ਗੱਲਬਾਤ ਕਰਾਂਗੇ, ਕਿਉਂਕਿ ਕੱਲ੍ਹ ਅਗਰ ਗੱਲ ਕਰੀਏ 20 ਅਕਤੂਬਰ ਉਹਨਾਂ ਦਾ ਜਨਮ ਦਿਨ ਸੀਗਾ। ਅਤੇ ਵੈਸੇ ਵੀ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਦੇ ਕੀਤੀ ਨਹੀਂ, ਪਿਛਲੇ ਹਫ਼ਤੇ ਜਦੋਂ ਅਸੀਂ ਪ੍ਰੋਗਰਾਮ ਕੀਤਾ ਸੀਗਾ ਤਾਂ ਉਦੋਂ ਸਾਨੂੰ ਜਿਵੇਂ ਕਾਲਾਂ ਆਈਆਂ ਸੀਗੀਆਂ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰਨ ਬਾਰੇ। ਸੋ ਅੱਜ ਸਬੱਬ ਵੀ ਬਣਿਆ, ਅਤੇ ਅਗਰ ਗੱਲ ਕਰੀਏ ਤਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਜੋ ਕਿ ਲੁਧਿਆਣਾ ਦੇ ਵਿੱਚ 2003 ਤੋਂ ਚੱਲਦਾ, ਉਹ ਵੀ 20 ਅਕਤੂਬਰ ਨੂੰ ਹੀ ਹੁੰਦਾ, ਇਹਨਾਂ ਦੇ ਜਨਮ ਦਿਨ 'ਤੇ ਹੁੰਦਾ। ਸੋ ਪ੍ਰੋਫੈਸਰ ਮੋਹਨ ਸਿੰਘ ਦੇ ਨਾਲ ਨਾਲ ਪ੍ਰੋਫੈਸਰ ਮੋਹਨ ਸਿੰਘ ਦੀ ਜਿਹੜੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਜਿਹੜਾ 20 ਅਕਤੂਬਰ 1905 ਨੂੰ ਹੋਇਆ ਸੀਗਾ ਮਰਦਾਨ ਪਾਕਿਸਤਾਨ ਦੇ ਵਿੱਚ, ਅਤੇ ਇਸ ਕਰਕੇ ਉਹਨਾਂ ਦਾ ਜ਼ਿਕਰ ਨਾਲ ਕਵਿਤਾਵਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਦੂਜੇ ਪਾਸੇ ਗੱਲ ਕਰੀਏ ਤਾਂ 22 ਅਕਤੂਬਰ ਨੂੰ, ਆਹ 3 ਕੁ ਸਾਲ ਪਹਿਲਾਂ 22 ਅਕਤੂਬਰ 2016 ਨੂੰ ਡੈੱਥ ਹੋਈ ਸੀਗੀ ਸਾਡੇ ਕੋਮੇਡੀ ਦੇ ਬਾਦਸ਼ਾਹ ਜਿਹੜੇ ਹੈਗੇ ਮੇਹਰ ਮਿੱਤਲ ਸਾਹਿਬ ਦੀ। ਸੋ ਇੱਕ ਪਾਸੇ ਸਾਹਿਤ ਦੇ ਬਾਦਸ਼ਾਹ, ਇੱਕ ਪਾਸੇ ਕੋਮੇਡੀ ਦੇ ਬਾਦਸ਼ਾਹ, ਹਾਸਿਆਂ ਦੇ ਬਾਦਸ਼ਾਹ, ਦੋਵਾਂ ਦੀ ਅੱਜ ਗੱਲਬਾਤ ਥੋੜ੍ਹੀ ਥੋੜ੍ਹੀ ਕਰਾਂਗੇ ਤੁਹਾਡੇ ਨਾਲ। ਬਾਕੀ ਜਿਹੜਾ ਅਗਲੇ ਸੈਗਮੈਂਟ ਤੋਂ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰਦੀਆਂ, ਫਿਰ ਤੁਹਾਡੀ ਸੁਣ ਸੁਣਾਉਣ ਦੀ ਗੱਲ ਕਰੀਦੀ ਆ। ਪ੍ਰੋਫੈਸਰ ਮੋਹਨ ਸਿੰਘ ਇੱਕ ਐਸੇ ਕਵੀ ਹੋਏ ਨੇ ਜਿਨ੍ਹਾਂ ਨੇ 10 ਕਿਤਾਬਾਂ ਲਿਖੀਆਂ, ਇੱਕ ਮਹਾਂਕਾਵਿ ਲਿਖਿਆ ਮਰਦਾਨ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ, ਅਤੇ ਧਾਮੀਆਂ ਪਿੰਡ ਦੇ ਵਿੱਚ ਉਹ ਤਕਰੀਬਨ ਰਹੇ, ਆਪਣੇ ਜਿਹੜੇ ਰਾਵਲਪਿੰਡੀ ਕੋਲ ਪੈਂਦਾ, ਪੜ੍ਹਾਈ ਵੀ ਉੱਥੇ ਕੀਤੀ ਹੈ, ਅਤੇ ਫਾਰਸੀ ਦੇ ਵਿੱਚ ਇਹਨਾਂ ਨੇ MA ਕੀਤੀ ਸੀਗੀ ਫਾਰਸੀ ਦੇ ਵਿੱਚ। ਫਾਰਸੀ, ਉਰਦੂ, ਪੰਜਾਬੀ, ਇੰਗਲਿਸ਼ ਬਹੁਤ ਚੰਗੀ ਤਰ੍ਹਾਂ ਬੋਲ ਲੈਂਦੇ ਸੀਗੇ। ਇਹਨਾਂ ਦੀਆਂ ਕਵਿਤਾਵਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਮਾਡਰਨ ਕਵੀ, ਮਾਡਰਨ ਕਵਿਤਾਵਾਂ ਦਾ ਬਾਬਾ ਬੋਰਡ ਜਾਂ ਫਾਦਰ ਕਿਹਾ ਜਾਂਦਾ ਸੀ ਇਹਨਾਂ ਨੂੰ, ਪ੍ਰੋਫੈਸਰ ਮੋਹਨ ਸਿੰਘ। ਸੋ ਅੱਜ ਇਹਨਾਂ ਦੀਆਂ ਕੁਛ ਕਵਿਤਾਵਾਂ 1-2 ਮੈਂ ਲਿਆਇਆ, ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਨਾਲ ਗੱਲਬਾਤ ਸਾਂਝੀ ਕਰਾਂਗੇ, ਅਤੇ ਨਾਲ ਦੀ ਨਾਲ ਜਿਹੜੇ ਹੈਗੇ ਨੇ ਮੇਹਰ ਮਿੱਤਲ ਸਾਹਿਬ ਦਾ ਵੀ ਇਸ ਤੋਂ ਬਾਅਦ ਫਿਰ ਜ਼ਿਕਰ ਕਰਾਂਗੇ ਥੋੜ੍ਹਾ ਬਹੁਤ, ਕਿਉਂਕਿ ਉਹ ਵੀ ਇੱਕ ਐਸੀ ਹਸਤੀ ਹੋਈ ਹੈ ਸਾਡੀ ਪੰਜਾਬੀ ਫਿਲਮਾਂ ਦੀ। ਬੇਸ਼ੱਕ ਵਿੱਚ ਵਿੱਚ ਉਹਨਾਂ ਦੇ ਇਹ ਇਲਜ਼ਾਮ ਵੀ ਲੱਗੇ, ਤਾਂ ਖੈਰ ਉਹਨਾਂ ਨੇ ਉਸ ਤਰ੍ਹਾਂ ਦੀ ਕੋਮੇਡੀ ਵੀ ਕੀਤੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਡਬਲ ਮੀਨਿੰਗ ਕਹਿ ਦਿੰਦੇ ਹਾਂ, ਦੋਹਰੇ ਮਾਪਦੰਡ ਵਾਲੀ ਕਮੇਡੀ ਵੀ ਉਹਨਾਂ ਨੇ ਕੀਤੀ ਹੈ। ਪਰ ਫਿਰ ਵੀ ਬੜਾ ਲੰਬਾ ਸਮਾਂ ਉਹਨਾਂ ਨੇ ਫਿਲਮੀ ਦੁਨੀਆ ਦੇ ਉੱਪਰ ਰਾਜ ਕੀਤਾ, ਸੋ ਉਹਨਾਂ ਦਾ ਜ਼ਿਕਰ ਕਰਨਾ ਵੀ ਬਣਦਾ। ਪ੍ਰੋਫੈਸਰ ਮੋਹਨ ਸਿੰਘ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਤੁਸੀਂ ਸੁਣੀਆਂ ਹੋਣਗੀਆਂ, ਪਰ ਨਵੀਂ ਪੀੜ੍ਹੀ ਦੀ ਗੱਲ ਕਰੀਏ ਤਾਂ ਨਵੀਂ ਪੀੜ੍ਹੀ ਕਵਿਤਾਵਾਂ ਤੋਂ ਹੀ ਦੂਰ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰੀਏ ਤਾਂ, ਉਹਨਾਂ ਤੋਂ ਇਹ ਤਾਂ ਦੂਰ ਹੋਣਾ ਹੀ ਹੋਣਾ। ਪਰ ਫਿਰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਕੁਝ ਲੋਕ ਜ਼ਿਕਰ ਕਰਦੇ ਨੇ ਕਿ ਤੁਸੀਂ ਪ੍ਰੋਫੈਸਰ ਮੋਹਨ ਸਿੰਘ ਦਾ ਪ੍ਰੋਗਰਾਮ ਲਾਇਓ, ਅਸੀਂ ਪਾਰਟੀਸਪੇਟ ਕਰਨਾ, ਅਤੇ ਉਦੋਂ ਬੜੀ ਖੁਸ਼ੀ ਹੁੰਦੀ ਹੈ। ਫਿਰ ਅਸੀਂ ਅਗਰ ਯੰਗ ਜਨਰੇਸ਼ਨ ਦੀ ਗੱਲ ਕਰੀਏ
ਤਾਂ ਹੋਰ ਵੀ ਖੁਸ਼ੀ ਹੁੰਦੀ ਜਦੋਂ ਸਾਡੇ ਇੱਧਰਲੇ ਬੌਰਨ ਬੱਚੇ ਜਾਂ ਇੱਧਰ ਛੋਟੇ ਹੁੰਦੇ ਆਏ ਹੋਏ ਬੱਚੇ ਪ੍ਰੋਫੈਸਰ ਮੋਹਨ ਸਿੰਘ ਵਰਗੇ ਕਵੀਆਂ ਦੀ ਗੱਲ ਕਰਦੇ ਤਾਂ ਬੜੀ ਖੁਸ਼ੀ ਹੁੰਦੀ ਹੈ। ਸੋ ਕਵਿਤਾਵਾਂ ਉਹਨਾਂ ਦੀਆਂ ਬਹੁਤ ਆਈਆਂ। ਇੱਕ ਪਹਿਲੀ ਕਵਿਤਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਹੈਗੀ ਅੰਬੀ ਦਾ ਬੂਟਾ। ਅੰਬੀ ਦਾ ਬੂਟਾ ਬਹੁਤ ਵਧੀਆ ਕਵਿਤਾ ਹੋਈ ਹੈ ਸਾਡੇ ਵਿਹੜੇ ਦੇ ਵਿੱਚ ਅੰਬੀ ਦਾ ਬੂਟਾ, ਔਰ ਉਹਦੇ ਕੀ ਨੁਕਸਾਨ ਨਫੇ ਦੱਸੇ ਸੀਗੇ। ਇਹ ਕਵਿਤਾ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇਹ ਗਾਈ ਵੀਡੀਓ ਜਿਹੜੀ ਆ ਉਹ ਸਾਨੂੰ ਭੇਜੀ ਹੈ ਸਾਡੇ ਇੱਥੇ ਹੀ ਇੱਕ ਬਹੁਤ ਵਧੀਆ ਆਰਟਿਸਟ ਹੈ ਕੁੜੀ ਰੂਪੀ ਸੀ ਟੁੱਟ, ਜੋ ਕਿ ਕੈਲੀਫੋਰਨੀਆ ਦੇ ਵਿੱਚ ਹੀ ਰਹਿੰਦੇ ਆ। ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਕਵਿਤਾ ਰਿਕਾਰਡ ਕਰਕੇ ਭੇਜੀ ਪ੍ਰੋਫੈਸਰ ਮੋਹਨ ਸਿੰਘ ਦੀ, ਅਤੇ ਆਪ ਵੀ ਸ਼ਾਇਦ ਕੋਸ਼ਿਸ਼ ਕਰਾਂਗੇ ਫੋਨ 'ਤੇ ਜੇ ਆ ਗਏ ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਕਵਿਤਾਵਾਂ ਦਾ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕੀਤੀ ਕਿ ਇੱਥੋਂ ਦੇ ਜਿਹੜੇ ਯੰਗ ਜਨਰੇਸ਼ਨ ਆ ਉਹ ਵੀ ਪ੍ਰੋਫੈਸਰ ਮੋਹਨ ਸਿੰਘ ਨੂੰ ਯਾਦ ਕਰਦੀ ਹੈ। ਤਾਂ ਉਸ ਤੋਂ ਵੀ ਵੱਡੀ ਗੱਲ ਰੂਪੀ ਟੁੱਟ ਦੀ ਕਰੀਏ ਤਾਂ ਉਹ ਇੱਕ ਬਹੁਤ ਵਧੀਆ ਆਰਟਿਸਟ ਹੈ, ਪੇਂਟਿੰਗਸ ਬਹੁਤ ਸੁੰਦਰ ਬਣਾਉਂਦੇ ਨੇ, ਔਰ ਉਹਨਾਂ ਦੀ ਪੇਂਟਿੰਗ ਜਿਹੜੀ ਆ ਉਹ ਸਿੱਖ ਫਾਊਂਡੇਸ਼ਨ ਵੱਲੋਂ ਸੈਂਟਾ ਕਲਾਰਾ ਦੇ ਵਿੱਚ ਐਗਜੀਬਿਸ਼ਨ ਲੱਗੀ ਹੋਈ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਪੇਂਟਿੰਗਸ ਉਹਦੇ ਵਿੱਚ ਸਾਰੀਆਂ ਲੱਗੀਆਂ ਹੋਈਆਂ ਨੇ, ਖਾਸ ਤੌਰ 'ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਂਟਿੰਗਸ ਉੱਥੇ ਲੱਗੀਆਂ ਨੇ, ਜਿਨ੍ਹਾਂ ਦੇ ਵਿੱਚ ਰੂਪੀ ਟੁੱਟ ਹੋਣਾਂ ਦੀਆਂ ਪੇਂਟਿੰਗਸ ਵੀ ਉੱਥੇ ਲੱਗੀਆਂ ਨੇ। ਅਸੀਂ ਮੈਂ ਰਿਕਾਰਡ ਕਰਕੇ ਲਿਆਇਆ ਸੀ, ਮੈਂ ਦਿਖਾਈਆਂ ਵੀ ਸੀ ਸਾਡੇ ਦਰਸ਼ਕਾਂ ਨੂੰ। ਸੋ ਪਹਿਲੀ ਕਵਿਤਾ ਜਿਹੜੀ ਸਾਂਝੀ ਕਰਨੀ ਆ ਅੰਬੀ ਦਾ ਬੂਟਾ, ਉਹ ਰੂਪੀ ਟੁੱਟ ਦੀ ਆਵਾਜ਼ ਦੇ ਵਿੱਚ ਹੈ, ਵੀਡੀਓ ਉਹਨਾਂ ਨੇ ਬਣਾ ਕੇ ਵੇਚੀ ਹੈ ਅਤੇ ਨਾਲ ਦੇ ਨਾਲ ਇੰਗਲਿਸ਼ ਦੇ ਵਿੱਚ ਤਰਜਮਾ ਵੀ ਕੀਤਾ ਹੈ। ਤੁਸੀਂ ਵੀ ਦੇਖੋ ਇਹ ਛੋਟੀ ਜਿਹੀ ਵੀਡੀਓ, ਉਸ ਤੋਂ ਬਾਅਦ ਕਰਦੇ ਹਾਂ ਅਗਲੀ ਗੱਲ। ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨਹੀਂ, ਜਿਸ ਥੱਲੇ ਬਹਿਣਾ ਨਹੀਂ ਸੁਰਗਾਂ ਵਿੱਚ ਰਹਿਣਾ ਨਹੀਂ, ਕੀ ਉਸਦਾ ਕਹਿਣਾ ਨਹੀਂ ਵਿਹੜੇ ਦਾ ਗਹਿਣਾ ਨਹੀਂ, ਪਰ ਮਾਈਏ ਬਾਜੋ ਨਹੀਂ ਪਰਦੇਸੀ ਬਾਜੋ ਨਹੀਂ, ਇਹ ਮੈਨੂੰ ਵੱਢਦਾ ਏ ਅਤੇ ਖੱਟਾ ਲੱਗਦਾ ਏ। ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨਹੀਂ। You know, there's a mango tree that a woman is sitting and looking at, and she thinks about how she loves to sit under it, how she loves to enjoy its sweet fruits. But then she's, you know, remembers that she's separated and how in their absence, the fruit seems, you know, not so sweet and the shade and comfort of the tree are not present. This entire imagery of this first stanza makes me miss, you know, this a time when there used to be trees planted in front yards. But it's a beautiful thought. I love thinking about this poem. ਜੀ ਰੂਪੀ ਟੁੱਟ ਉਹਨਾਂ ਨੇ ਕਵਿਤਾ ਭੇਜੀ ਸੀ, ਥੋੜ੍ਹੀ ਫਿਰ ਸਮਾਂ ਥੋੜ੍ਹਾ ਕਰਕੇ ਥੋੜ੍ਹੀ ਇੱਕ ਅੰਤਰਾ ਜਿਹੜਾ ਉਹਦਾ ਉਹਨਾਂ ਨੇ ਬੋਲ ਕੇ ਦੱਸਿਆ ਸੀਗਾ। ਅਤੇ ਕੁੜੀ ਪੋਠੋਹਾਰ ਦੀ ਬਹੁਤ ਮਸ਼ਹੂਰ ਹੋਈ ਸੀ ਇਹਨਾਂ ਦੀ ਰੋਮਾਂਟਿਕ ਕਵਿਤਾ ਜਿਹੜੀ ਪ੍ਰੋਫੈਸਰ ਮੋਹਨ ਸਿੰਘ ਦੀ ਅਗਰ ਗੱਲ ਕਰੀਏ, ਸਾਵੇ ਪੱਤਰ ਬਹੁਤ ਮਸ਼ਹੂਰ ਹੋਈ ਸੀ, ਹੋਰ ਅਨੇਕਾਂ ਕਵਿਤਾਵਾਂ ਅਨੇਕਾਂ ਕਾਵਿ ਸੰਗ੍ਰਹਿ ਜਿਹੜੇ ਇਹਨਾਂ ਦੇ ਬੜੇ ਮਸ਼ਹੂਰ ਹੋਏ ਸੀਗੇ। 1939 ਦੇ ਵਿੱਚ ਇਹਨਾਂ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀ ਪੰਜ ਦਰਿਆ ਮੰਥਲੀ, ਮਹੀਨੇ ਬਾਅਦ ਆਉਂਦਾ ਸੀ, ਬਹੁਤ ਮਸ਼ਹੂਰ ਕਹਿੰਦੇ ਉਸ ਸਮੇਂ ਦੇ ਵਿੱਚ ਉਹ ਮੈਗਜ਼ੀਨ ਰਿਹਾ। ਅਤੇ 1947 ਦੇ ਵਿੱਚ ਜਦੋਂ ਪਾਰਟੀਸ਼ਨ ਹੋਈ ਹੈ ਤਾਂ ਫਿਰ ਇਹਨਾਂ ਨੇ ਆਪਣਾ ਕੰਮ ਧੰਦਾ ਜਿਹੜਾ ਹੈਗਾ ਉਹ ਅੰਮ੍ਰਿਤਸਰ ਸ਼ਿਫਟ ਕਰ ਲਿਆ ਸੀ। ਅੰਮ੍ਰਿਤਸਰ ਤੋਂ ਬਾਅਦ ਫਿਰ ਇਹਨਾਂ ਨੇ ਜਲੰਧਰ ਦੇ ਵਿੱਚ ਆਪਣਾ ਜਿਹੜਾ ਸਾਰਾ ਕੰਮ ਧੰਦਾ ਉੱਥੇ ਸ਼ੁਰੂ ਕੀਤਾ ਸੀਗਾ। ਪਰ ਇਹਨਾਂ ਦੀਆਂ ਜਿਹੜੀਆਂ ਹੋਰ ਕਵਿਤਾਵਾਂ ਦੀ ਗੱਲ ਕਰੀਏ ਤਾਂ ਬੂਹੇ ਕਵਿਤਾ ਸੀ ਆਈ, ਉਹ ਵੀ ਬਹੁਤ ਮਸ਼ਹੂਰ ਹੋਈ ਸੀ। ਜਿੰਦਰੇ ਆਈ ਸੀ 1969 ਦੇ ਵਿੱਚ, ਸਾਹਿਤ ਅਕਾਡਮੀ ਅਵਾਰਡ ਮਿਲਿਆ ਇਹਨਾਂ ਨੂੰ ਕਿਹੜੀ ਕਵਿਤਾ ਲਈ, ਵੱਡਾ ਵੇਲਾ। ਵੱਡਾ ਵੇਲਾ, ਵੇਲਿਆਂ ਦੀ ਅਸੀਂ ਅਕਸਰ ਗੱਲ ਕਰੀ ਦੀ ਕਈ ਵਾਰੀ ਕਿ ਵੇਲਾ ਕਿਹੜੇ ਕਿਹੜੇ ਵੇਲੇ ਹੁੰਦੇ ਨੇ, ਪਰ ਇਹ ਵੱਡੇ ਵੇਲੇ ਦੀ ਗੱਲ ਕੀਤੀ ਸੀ ਇਹਨਾਂ ਨੇ ਇਸ ਕਵਿਤਾ ਦੇ ਵਿੱਚ, ਅਤੇ ਉਦੋਂ ਇਹਨਾਂ ਨੂੰ ਅਵਾਰਡ ਮਿਲਿਆ ਸੀਗਾ ਪੰਜਾਬੀ ਸਾਹਿਤ ਅਕਾਦਮੀ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਕੁਸੁੰਬੜਾ ਅਦਵਾਟੇ ਕੱਚ ਸੱਚ ਆਵਾਜ਼ਾਂ ਅਤੇ ਅੰਬੀ ਦਾ ਬੂਟਾ, ਬਹੁਤ ਸਾਰੀਆਂ ਕਵਿਤਾਵਾਂ ਇਹਨਾਂ ਦੀਆਂ ਆਈਆਂ। ਤੁਸੀਂ ਵੀ ਇਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਕੋਈ ਜ਼ਿਕਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਇਹਨਾਂ ਨੇ ਕਿਹਾ ਸੀਗਾ ਵੈਸੇ ਗਿਆਨ ਅਤੇ ਵਿਸ਼ਵਾਸ ਦੀ, ਪ੍ਰੋਫੈਸਰ ਮੋਹਨ ਸਿੰਘ ਨੇ ਜਦੋਂ ਗੱਲ ਕੀਤੀ ਸੀ ਗਿਆਨ ਅਤੇ ਵਿਸ਼ਵਾਸ ਦੀ, ਇਹ ਕਹਿੰਦੇ ਸੀ ਵੀ ਜਿਵੇਂ ਜਿਵੇਂ ਬੰਦੇ ਕੋਲ ਗਿਆਨ ਵੱਧਦਾ ਜਾਂਦਾ ਉਵੇਂ ਉਵੇਂ ਵਿਸ਼ਵਾਸ ਜਿਹੜਾ ਉਹ ਖੋਡੇ ਲੈਣ ਲੱਗਦਾ ਜਾਂਦਾ, ਵਿਸ਼ਵਾਸ ਘੱਟਦਾ ਜਾਂਦਾ। ਸੋ ਉਸ ਤਰ੍ਹਾਂ ਦੀ ਇੱਕ ਬੜੀ ਵਧੀਆ ਕਵਿਤਾ ਸਾਨੂੰ ਭੇਜੀ ਸੀ ਕਿਸੇ ਨੇ, ਉਹਨਾਂ ਨੇ ਨਾਲ ਦੇ ਨਾਲ ਵੀਡੀਓ ਵੀ ਫਿਲਮਾਂਕਣ ਵੀ ਖੈਰ ਬਹੁਤ ਸੋਹਣਾ ਕੀਤਾ। ਸੋ ਤੁਹਾਡੇ ਨਾਲ ਇਹ ਕਵਿਤਾ ਜਿਹੜੀ ਸਾਂਝੀ ਕਰਦੇ ਹਾਂ ਗਿਆਨ ਅਤੇ ਵਿਸ਼ਵਾਸ ਦੀ, ਜੋ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਦੀ ਲਿਖੀ ਹੋਈ ਹੈ। ਇਹ ਕਵਿਤਾ ਦੇਖੋ ਤਾਂ ਫਿਰ ਇਸ ਤੋਂ ਬਾਅਦ ਕੋਸ਼ਿਸ਼ ਕਰਾਂ ਗੱਲਬਾਤ ਕਰਨ ਦੀ ਆਪਾਂ ਮੇਹਰ ਮਿੱਤਲ ਬਾਰੇ ਵੀ, ਉਹਨਾਂ ਦੇ ਵੀ ਕੁਝ ਜ਼ਿੰਦਗੀ ਦੇ ਰੰਗ ਜਿਹੜੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਤਾਂ ਬ੍ਰੇਕ ਤੋਂ ਬਾਅਦ ਜਦੋਂ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਤੁਹਾਡੇ ਕੋਲੋਂ ਕੁਝ ਸੁਣਾ ਸੁਣਾਵਾਂਗੇ, ਅਤੇ ਨਾਲ ਨਾਲ ਉਦੋਂ ਵੀ ਜਿਹੜੀ ਵੱਜਦੀ ਖੁੱਜਦੀ ਗੱਲ ਹੈ ਉਹਨਾਂ ਬਾਰੇ ਕੁਝ ਹੋਰ ਯਾਦ ਆਉਂਦਾ ਤਾਂ ਫਿਰ ਉਦੋਂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਫਿਲਹਾਲ ਤੁਸੀਂ ਦੇਖੋ
ਪ੍ਰੋਫੈਸਰ ਮੋਹਨ ਸਿੰਘ ਜੀ ਦੀ ਇੱਕ ਕਵਿਤਾ। ਖਾਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ ਕੀ ਭਾਲਦੀਏ। ਖਾਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ ਕੀ ਭਾਲਦੀਏ। ਕੀ ਰੁੱਸ ਗਿਆ ਤੇਰਾ ਢੋਲ ਕੁੜੇ, ਜਾਂ ਸੱਖਣੀ ਤੇਰੀ ਝੋਲ ਕੁੜੇ। ਜਾਂ ਸਰਗੀ ਵੇਲੇ ਤੱਕਿਆਈ, ਕੋਈ ਡਾਢਾ ਭੈੜਾ ਸੁਫਨਾ ਨਹੀਂ। ਜੋ ਕਰਦੀ ਮਾਰੋ ਮਾਰ ਕੁੜੇ, ਤੂੰ ਪਹੁੰਚੀ ਵਿੱਚ ਉਜਾੜ ਕੁੜੇ। ਸਿਰ ਉੱਤੇ ਤੇਰੇ ਉੱਲਰ ਰਹੀ, ਇੱਕ ਬੁੱਢ ਪੁਰਾਣੀ ਬੇਰ ਜਿਹੀ। ਜਿਸ ਦੇ ਕੰਡਿਆਂ ਵਿੱਚ ਫਸ ਰਹੀਆਂ, ਕੁਝ ਲੀਰਾਂ ਬੱਛੇ ਚਾਪ ਜਹੀਆਂ। ਤੇਰੇ ਪੈਰਾਂ ਦੇ ਵਿੱਚ ਸ਼ਾਂਤ ਪਿਆ, ਇੱਕ ਢੇਰ ਗੀਟਿਆਂ ਪੱਥਰਾਂ ਦਾ। ਤੂੰ ਚੱਲ ਅਡੋਲ ਅਬੋਲ ਖੜੀ, ਇੱਕ ਤੇਰੀ ਨਾਲ ਯਕੀਨ ਭਰੀ। ਖਾਣ ਗਾਹ ਦੇ ਉੱਤੇ ਆਣ ਨਾਲ, ਇੱਕ ਦੀਵੇ ਦੇ ਟਿਮਕਾਣ ਨਾਲ। ਸਭ ਸੰਸੇ ਤੇਰੇ ਦੂਰ ਹੋਏ, ਇੱਕ ਖੂੰਜੇ ਨੂਰੋ ਨੂਰ ਹੋਏ। ਪਰ ਪੜ ਪੜ ਪੁਸਤਕ ਢੇਰ ਕੁੜੇ, ਮੇਰਾ ਵਾਧਾ ਜਾਏ ਹਨੇਰ ਕੁੜੇ। ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ, ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ। ਮੈਂ ਨਿਸ਼ਚੇ ਵਾਜੋਂ ਭਟਕ ਰਿਹਾਂ, ਜੰਨਤ ਦੋਜਖ ਵਿੱਚ ਲਟਕ ਰਿਹਾਂ। ਗੱਲ ਸੁਣ ਜਾ ਭਟਕੇ ਰਾਹੀ ਦੀ, ਇੱਕ ਚਿਣਕ ਮੈਨੂੰ ਵੀ ਚਾਹੀਦੀ। ਜੀ, ਪ੍ਰੋਫੈਸਰ ਮੋਹਨ ਸਿੰਘ ਜੀ ਦੀ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਅੱਜ ਦੇ ਦਿਨ ਆਪਾਂ ਫਟਾਫਟ ਗੱਲ ਲੈਣੀ ਸ਼ੁਰੂ ਕਰਦੇ ਦੀਆਂ ਕੋਸ਼ਿਸ਼ ਕਰੀ ਦੀ ਹੈ। ਇਹਨਾਂ ਦੀ ਸੰਗਤ ਬੜੇ ਵਧੀਆ ਬੰਦਿਆਂ ਨਾਲ ਰਹੀ ਹੈ, ਜਾਣੀ ਇਉਂ ਕਹਿ ਲਓ ਵੀ ਜਿਹੜੇ ਸਾਹਿਤ ਦੇ ਪਿਤਾਮਾ ਸੀਗੇ ਉਸ ਸਮੇਂ ਦੇ, ਉਹਨਾਂ ਨਾਲ ਇਹਨਾਂ ਦੀ ਸੰਗਤ ਰਹੀ ਹੈ। ਤੇਜਾ ਸਿੰਘ ਸਮੁੰਦਰੀ, ਸੰਤ ਸਿੰਘ, ਗੁਰਬਚਨ ਸਿੰਘ ਤਾਲਿਬ ਜਿਹੜੇ ਸੀਗੇ, ਉਹ ਹੋਰ ਵੀ ਬਹੁਤ ਸਾਰੇ ਜਿਹੜੇ ਉਦੋਂ ਦੇ ਸਾਹਿਤਕਾਰ ਸੀਗੇ, ਉਹਨਾਂ ਦੇ ਨਾਲ ਇਹਨਾਂ ਦਾ ਸਾਥ ਰਿਹਾ। ਔਰ ਅਗਰ ਅਸੀਂ ਦੇਖੀਏ ਇਹਨਾਂ ਦੀ ਫੋਟੋ ਵੀ ਦੇਖੀਏ ਤਾਂ ਬਹੁਤ ਇੱਕ ਸਾਊ ਜਿਹੇ, ਵੈਸੇ ਕਦੇ ਕਦੇ ਮਨਮੋਹਨ ਸਿੰਘ ਜੀ ਦੀ ਝਲਕ ਪੈਂਦੀ ਇਹਨਾਂ ਦੀ ਫੋਟੋ ਦੇ ਵਿੱਚੋਂ, ਵੀ ਇੱਦਾਂ ਦੇ ਹੋਣਗੇ ਮਨਮੋਹਨ ਸਿੰਘ ਵੀ ਕਦੇ, ਜਾਂ ਇਹ ਜਿੱਦਾਂ ਦੇ ਹੈਗੇ ਸੀਗੇ। ਪਰ ਇਹਨਾਂ ਦੀ ਡੈਥ ਜਿਹੜੀ ਹੋਈ ਆ ਉਹ ਫਿਰ ਇੱਥੇ ਲੁਧਿਆਣੇ ਹੀ ਇਹ ਰਹਿੰਦੇ ਸੀਗੇ, ਇੱਥੇ ਇਹਨਾਂ ਦੀ ਡੈਥ ਹੋਈ ਸੀਗੀ, ਅਤੇ 1978 ਦੇ ਵਿੱਚ ਡੈਥ ਹੋਈ ਸੀ। ਸੋ ਨਾਲ ਦੀ ਨਾਲ ਗੱਲਬਾਤ ਇਸ ਤੋਂ ਬਾਅਦ, ਬ੍ਰੇਕ ਤੋਂ ਬਾਅਦ ਜਿਹੜੀ ਹੈਗੀ ਆ ਅਸੀਂ ਮੇਹਰ ਮਿੱਤਲ ਸਾਹਿਬ ਦੀ ਵੀ ਕਰਨੀ ਹੈ, ਔਰ ਪ੍ਰੋਫੈਸਰ ਪੂਰਨ ਸਿੰਘ ਬਾਰੇ ਹੋਰ ਜ਼ਿਆਦਾ ਜਾਣਕਾਰੀ ਤਾਂ ਸਾਨੂੰ ਕੋਈ ਨਹੀਂ ਮਿਲ ਸਕੀ, ਜਿੰਨੀ ਕੁ ਜਾਣਕਾਰੀ ਮਿਲੀ ਉਹ ਤੁਹਾਡੇ ਨਾਲ ਸਾਂਝੀ ਕਰਤੀ ਹੈ। ਵਿੱਚ ਵਿਚਾਲਾ ਜਿਹਾ ਆਮ ਤੌਰ 'ਤੇ ਇਹੀ ਹੋਇਆ ਕਿ ਵੀ ਸ਼ੁਰੂਆਤ 'ਤੇ ਇੰਨੇ 'ਚ ਬਰਥ ਹੋਇਆ ਤਾਂ ਚਲੋ ਜੀ ਇੰਨੇ 'ਚ ਉਹਨਾਂ ਦੀ ਡੈਥ ਹੋ ਗਈ। ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਪ੍ਰੋਫੈਸਰ ਪੂਰਨ ਸਿੰਘ ਹੋਣਾਂ ਦੀ ਜਾਂ ਫਿਰ ਮੇਹਰ ਮਿੱਤਲ ਸਾਹਿਬ ਦੀ, ਤਾਂ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਿਓ। ਵਧੀਆ ਲੱਗਦਾ, ਬਹੁਤ ਸਾਰੇ ਜਿਹੜੇ ਸਾਡੇ ਕਾਲਰ ਨੇ ਉਹ ਜ਼ਰੂਰ ਮਿਲੇ ਵੀ ਹੋਣੇ, ਹੋ ਸਕਦੇ ਆ ਪ੍ਰੋਫੈਸਰ ਇਹਨਾਂ ਨੂੰ, ਮੋਹਨ ਸਿੰਘ ਹੋਣਾਂ ਨੂੰ, ਕਿਉਂਕਿ ਜਲੰਧਰ ਅੰਮ੍ਰਿਤਸਰ ਰਹਿੰਦੇ ਸੀਗੇ। ਸਾਡੇ ਜਲੰਧਰ ਤੋਂ ਅੰਮ੍ਰਿਤਸਰ ਤੋਂ ਲੱਖਾਂ ਦਰਸ਼ਕ, ਲੱਖਾਂ ਸਰੋਤੇ ਜਿਹੜੇ ਆ ਉਹ ਇੱਥੇ ਅਮੈਰੀਕਾ ਕੈਨੇਡਾ ਦੇ ਵਿੱਚ ਬੈਠੇ ਨੇ, ਜ਼ਰੂਰ ਜਾਣਦੇ ਹੋਣਗੇ, ਪਰਸਨਲੀ ਵੀ ਮਿਲੇ ਹੋਣਗੇ ਜ਼ਰੂਰ। ਔਰ ਤੁਸੀਂ ਵੀ ਅਗਰ ਪ੍ਰੋਫੈਸਰ ਮੋਹਨ ਸਿੰਘ ਦੀ ਕੋਈ ਕਵਿਤਾ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ ਉਹ ਬਹੁਤ ਵਧੀਆ ਗੱਲ ਲੱਗੂਗੀ। ਜੇ ਨਹੀਂ ਵੀ ਤਾਂ ਕੋਈ ਵੀ ਕਵਿਤਾ, ਕੋਈ ਵੀ ਗੀਤ ਅੱਜ ਦੇ ਦਿਨ ਆਪਾਂ ਸਾਂਝਾ ਕਰ ਸਕਦੇ ਹੁੰਦੇ ਹਾਂ, ਜੋ ਵੀ ਤੁਹਾਡੇ ਦਿਲ ਦਾ ਵਲਵਲਾ ਉਹ ਆਪਣੇ ਲੱਖਾਂ ਪੰਜਾਬੀਆਂ ਦੇ ਨਾਲ ਆਪਾਂ ਸਾਂਝਾ ਕਰ ਲਈਦਾ। ਬੇਸ਼ੱਕ ਉਹਦੇ 'ਚ ਸਾਡੇ ਜੇ ਕੋਈ ਦੋਸਤ ਮਿੱਤਰ, ਭੈਣ ਭਰਾ, ਸਾਡੇ ਦਰਸ਼ਕ ਜਿਹੜੇ ਆ ਉਹ ਕੈਨੇਡਾ ਬਾਰੇ ਗੱਲ ਕਰਨੀ ਚਾਹੁੰਦਾ, ਕੈਨੇਡਾ ਦੀ ਅਪਡੇਟ ਕੋਈ ਦੇਣੀ ਚਾਹੁੰਦਾ ਇਲੈਕਸ਼ਨਾਂ ਦੀ, ਉਹ ਵੀ ਸਾਡੇ ਲੱਖਾਂ ਦਰਸ਼ਕ ਜਿਹੜੇ ਕਿ ਪੂਰੀ ਦੁਨੀਆ 'ਚ ਬੈਠੇ ਇਸ ਸਮੇਂ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨਾਲ ਸਾਂਝੀ ਕਰ ਸਕਦੇ ਹੋ। ਮੈਂ ਚਾਹਾਂਗਾ ਕਿ ਕੈਨੇਡਾ ਬਾਰੇ ਜ਼ਰੂਰ ਜਾਣਕਾਰੀ ਸਾਨੂੰ, ਹਾਲਾਂਕਿ ਮੈਂ ਇੱਥੇ ਅਮੈਰੀਕਾ ਦੇ ਵਿੱਚ ਇਹ ਚੀਜ਼ ਨੋਟ ਕੀਤੀ ਹੈ, ਅਮੈਰੀਕਾ ਦੇ ਚੈਨਲਾਂ ਵਿੱਚ ਇਹ ਜੋ ਚੀਜ਼ ਨੋਟ ਕੀਤੀ ਹੈ ਕਿ ਕੈਨੇਡਾ ਦੇ ਜਿਹੜੇ ਚੈਨਲ ਨੇ ਉਹਨਾਂ ਨੇ ਜ਼ਿਆਦਾ ਅੱਜ ਉਹਨਾਂ ਵੋਟਾਂ ਨੂੰ ਦਿਖਾਇਆ, ਅਤੇ ਬਾਕੀ ਜਿਹੜੇ ਚੈਨਲ ਨੇ ਜਾਂ ਇੰਡੀਆ ਦੇ ਚੈਨਲ ਨੇ ਉਹਨਾਂ ਨੇ ਬਹੁਤ ਘੱਟ ਜ਼ਿਕਰ ਕੀਤਾ। ਸੋ ਮੈਂ ਚਾਹਾਂਗਾ ਸਾਡੇ ਦਰਸ਼ਕ ਜਿਹੜੇ ਪੂਰੀ ਦੁਨੀਆ ਦੇ ਵਿੱਚ ਹੈਗੇ ਨੇ, ਕੈਨੇਡਾ ਅਮੈਰੀਕਾ ਦੇ ਵਿੱਚ ਜ਼ਿਆਦਾ ਨੇ, ਤੋ ਕੈਨੇਡਾ ਦੀ ਕੋਈ ਵੀ ਜ਼ਿਕਰ ਹੈ, ਕੈਨੇਡਾ ਦੀ ਕੋਈ ਵੀ ਅਪਡੇਟ ਹੈਗੀ ਆ ਇਲੈਕਸ਼ਨਾਂ ਦੀ, ਤਾਂ ਉਹ ਜ਼ਰੂਰ ਸਾਂਝੀ ਕਰ ਸਕਦੇ ਹੋ। ਅਤੇ ਪਰ ਇਸ ਬ੍ਰੇਕ ਤੋਂ ਬਾਅਦ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰਾਂਗੇ, ਨਾਲ ਨਾਲ ਕੋਸ਼ਿਸ਼ ਕਰਾਂਗੇ ਮੇਹਰ ਮਿੱਤਲ ਸਾਹਿਬ ਦਾ ਵੀ ਕੁਛ ਨਾ ਕੁਛ ਰੰਗ ਜਿਹੜਾ ਹੈਗਾ ਤੁਹਾਡੇ ਨਾਲ ਸਾਂਝਾ ਕਰੀਏ। ਉਹਨਾਂ ਦਾ ਜਿਹੜਾ ਮਜ਼ਾਹੀਆ ਰੰਗ ਸੀਗਾ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਸੀ, ਔਰ ਸਮਾਂ ਇੱਕ ਇਹ ਸੀ, ਹਾਲਾਂਕਿ ਉਹ ਆਪ ਬਾਹਲਾ ਜ਼ਿਆਦਾ ਆਮ ਮਹਿਫਿਲ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਸੀ ਬੋਲਦੇ, ਪਰ ਫਿਲਮਾਂ ਦੇ ਵਿੱਚ ਇੱਕ ਸਮਾਂ ਅਜਿਹਾ ਸੀਗਾ ਕਿ ਉਹਨਾਂ ਨੇ ਉਹਨਾਂ ਤੋਂ ਬਿਨਾਂ ਫਿਲਮ ਕੋਈ ਬਣਦੀ ਨਹੀਂ ਸੀ, ਉਹਨਾਂ ਤੋਂ ਬਿਨਾਂ ਡੇਟ ਪੁੱਛੇ ਫਿਲਮ ਦੀ ਕੋਈ ਡੇਟ ਨਹੀਂ ਰੱਖਦਾ ਸੀ, ਸ਼ੂਟਿੰਗ ਨਹੀਂ ਰੱਖਦਾ ਸੀਗਾ।
ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਸੋ ਉਹ ਆਪਾਂ ਸਾਂਝਾ ਕਰਾਂਗੇ ਬ੍ਰੇਕ ਤੋਂ ਬਾਅਦ। ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹਾਂ ਜੀ, ਬ੍ਰੇਕ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਚੱਲਦੀ, ਨਾਲ ਨਾਲ ਮੇਹਰ ਮਿੱਤਲ ਸਾਹਿਬ ਦਾ ਵੀ ਥੋੜ੍ਹਾ ਜ਼ਿਕਰ ਕਰਾਂਗੇ। 24 ਅਕਤੂਬਰ 1935 ਨੂੰ ਇਹਨਾਂ ਦਾ ਜਨਮ ਹੋਇਆ ਸੀ ਬਠਿੰਡੇ ਗਿੱਦੜਬਾਹੇ ਦੇ ਵਿੱਚ, ਅਤੇ ਸਾਰੇ ਜਾਣਦੇ ਆ ਚੰਗੀ ਤਰ੍ਹਾਂ। ਅਤੇ 22 ਅਕਤੂਬਰ 2016 ਨੂੰ ਇਹਨਾਂ ਦੀ ਡੈੱਥ ਹੋਈ ਸੀਗੀ। ਇਹ ਰਾਜਸਥਾਨ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਬੰਗਲਾ ਉੱਥੇ, ਪਰ ਉਦੋਂ 2016 ਜੇ ਸਾਡੇ ਦਰਸ਼ਕਾਂ ਨੂੰ ਯਾਦ ਹੋਵੇ ਤਾਂ 22 ਅਕਤੂਬਰ ਨੂੰ ਇਹਨਾਂ ਦੀ ਡੈੱਥ ਹੋਈ ਆ, ਅਤੇ 16 ਅਕਤੂਬਰ ਨੂੰ ਹੀ ਤਕਰੀਬਨ ਸਾਰਿਆਂ ਨੇ ਸ਼ਰਧਾਂਜਲੀ ਦੇ ਦਿੱਤੀ ਸੀ। ਸਾਡੇ ਚੈਨਲ 'ਤੇ ਵੀ ਹੋ ਗਿਆ ਸੀਗਾ ਜੀ, ਬਹੁਤ ਬਹੁਤ ਸ਼ਰਧਾਂਜਲੀ ਜੀ, ਬਹੁਤ ਮਾੜਾ ਹੋਇਆ, ਤੁਸੀਂ ਆਪਣੇ ਦੋ ਸ਼ਬਦ ਕਹਿ ਸਕਦੇ ਹੋ। ਪਰ ਬਾਅਦ ਦੇ ਵਿੱਚ ਮੈਂ ਕਲੀਅਰ ਕੀਤੀ ਸੀ ਗੱਲ, ਫਿਰ ਬੰਬੇ ਗੱਲ ਕਰਕੇ ਉਹਨਾਂ ਦੇ ਇੱਕ ਸਾਡੇ ਹੈਗੇ ਖਾਸ ਜਿਹੜੇ ਉਹਨਾਂ ਦੇ ਸੀਗੇ ਨਾ ਰਹਿਣ ਵਾਲੇ, ਅਤੇ ਉਹ ਜਿਹੜੇ ਹੈਗੇ ਨੇ ਉਹਨਾਂ ਨਾਲ ਫਿਰ ਗੱਲਬਾਤ ਜਦੋਂ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਨਹੀਂ ਉਹ ਠੀਕ ਠਾਕ ਹੈਗੇ ਨੇ, ਉਸ ਹੈਗੀ ਆ 16 ਅਕਤੂਬਰ ਦੀ ਗੱਲ। ਅਤੇ ਪਰ ਉਦੋਂ ਬਾਅਦ ਵੀ ਜ਼ਿਆਦਾ ਸਮਾਂ ਉਹ ਨਹੀਂ ਕੱਢ ਸਕੇ, 22 ਨੂੰ ਫਿਰ ਉਹਨਾਂ ਦੀ ਡੈੱਥ ਹੋ ਗਈ ਸੀ। ਫਿਲਮਾਂ ਦੀ ਮੈਂ ਜਿਵੇਂ ਗੱਲ ਕੀਤੀ ਆ ਕਿ ਫਿਲਮਾਂ ਬਹੁਤ ਸਾਰੀਆਂ ਉਹਨਾਂ ਨੇ ਕੀਤੀਆਂ, ਲਗਭਗ 150 ਤੋਂ ਵੀ ਉੱਪਰ 160-165 ਫਿਲਮਾਂ ਕੀਤੀਆਂ ਉਹਨਾਂ ਨੇ ਆਪਣੇ ਫਿਲਮੀ ਜੀਵਨ ਦੇ ਵਿੱਚ। ਮਾਂ ਦਾ ਲਾਡਲਾ ਉਹਨਾਂ ਦੀ ਪਹਿਲੀ ਫਿਲਮ ਸੀਗੀ, ਅਤੇ ਆਖਰੀ ਫਿਲਮ 2010 ਦੇ ਵਿੱਚ ਮਰ ਜਾਵਾਂ ਗੁੜ ਖਾ ਕੇ, ਅਤੇ ਵਿੱਚ ਵਿਚਾਲੇ ਜਿੰਨੀਆਂ ਫਿਲਮਾਂ ਤੁਸੀਂ ਕਿਤੇ ਯੂਟਿਊਬ 'ਤੇ ਜਾ ਕੇ ਦੇਖੋ, ਧੜਾ ਧੜ ਧੜਾ ਧੜ ਇੱਕ ਇੱਕ ਸਾਲ ਦੇ ਵਿੱਚ 4-4 ਫਿਲਮਾਂ ਉਹਨਾਂ ਦੀਆਂ ਆਈਆਂ। ਚੰਨ ਪਰਦੇਸੀ, ਬਦਲਾ ਜੱਟੀ ਦਾ, ਲੰਬੜਦਾਰਨੀ, ਸਰਪੰਚ, ਜਿਹੜੀਆਂ ਹਿੱਟ ਫਿਲਮਾਂ ਸਾਰੀਆਂ ਉਹਨਾਂ ਦੇ ਵਿੱਚ ਕੋਈ ਐਸੀ ਨਹੀਂ ਹੋਣੀ ਜਿਹਦੇ 'ਚ ਉਹਨਾਂ ਨੇ ਕੰਮ ਨਾ ਕੀਤਾ ਹੋਵੇ। ਪੁੱਤ ਜੱਟਾਂ ਦੇ ਸੀਗੀ, ਅਤੇ ਸੱਚਾ ਤੇਰਾ ਰੂਪ, ਅਤੇ ਇੱਕ ਫਿਰ ਹਿੰਦੀ ਫਿਲਮ ਵਿੱਚ ਮਾੜਾ ਜਿਹਾ ਆਏ ਸੀ ਉਹ ਧਰਮਿੰਦਰ ਦੇ ਨਾਲ, ਪ੍ਰਤਿਗਿਆ ਫਿਲਮ ਦੇ ਵਿੱਚ ਇੱਕ ਸਿਪਾਹੀ ਬਣ ਕੇ ਖੜ੍ਹੇ ਸੀਗੇ। ਸੋ ਬਹੁਤ ਸਾਰੀਆਂ ਇਹਨਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕਿਉਂਕਿ ਜਿਸ ਬੰਦੇ ਨੂੰ ਸਾਨੂੰ ਪਰਸਨਲੀ ਮਿਲਣ ਦਾ ਮੌਕਾ ਮਿਲਿਆ ਹੋਵੇ, ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ ਤਾਂ ਉਹ ਫਿਰ ਗੱਲਬਾਤ ਦਾ ਤਰੀਕਾ ਹੀ ਵੱਖਰਾ ਹੋ ਜਾਂਦਾ, ਸਾਨੂੰ ਉਹਦੇ ਹਾਵ ਭਾਵ ਦਾ ਪਤਾ ਹੁੰਦਾ, ਉਹਦੇ ਗੱਲਾਂ ਬਾਤਾਂ ਦਾ ਪਤਾ ਹੁੰਦਾ। ਸੋ ਮੇਹਰ ਮਿੱਤਲ ਸਾਹਿਬ ਨਾਲ ਵੀ ਕਾਫੀ ਵੇਰ ਮਿਲਣ ਦਾ ਮੌਕਾ ਮਿਲਿਆ, ਕਾਫੀ ਵਾਰ ਅਸੀਂ, ਮੈਂ ਪੰਜਾਬ ਸਟੇਟ ਲੋਟਰੀਆਂ ਐਡਾ ਬਣਾਉਂਦਾ ਹੁੰਦਾ ਸੀ, ਉਹਦੇ 'ਚ ਮੈਂ ਕਾਫੀ ਵੇਰ ਮਿੱਤਲ ਸਾਹਿਬ ਨੂੰ ਲਿਆ ਸੀਗਾ। ਫਿਰ ਇੱਕ ਅਸੀਂ ਸੀਰੀਅਲ ਜਿਹੜਾ ਕੀਤਾ ਸੀ ਖਾਧਾ ਪੀਤਾ ਬਰਬਾਦ ਕੀਤਾ, ਜਿਹੜਾ ਕਿ ਇੰਗਲੈਂਡ ਦੇ TV ਚੈਨਲ 'ਤੇ ਆਉਂਦਾ ਸੀਗਾ, ਉਹਦੇ 'ਚ ਵੀ ਅਸੀਂ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ। ਬਾਕੀ ਸਟੇਜਾਂ 'ਤੇ ਕਾਫੀ ਮਿਲਣ ਦਾ ਮੌਕਾ ਮਿਲਿਆ, ਅਤੇ ਔਰ ਉਹ 5-10 ਮਿੰਟ ਦੀ ਐਂਟਰੀ ਸਟੇਜਾਂ 'ਤੇ ਲਾਉਂਦੇ ਹੁੰਦੇ ਸੀਗੇ, ਅਤੇ ਜਦੋਂ ਸਾਨੂੰ ਦੇਖਦੇ ਸੀ ਉਹ ਕਹਿੰਦੇ ਯਾਰ ਛੋਟੇ ਬਾਈ ਕਮਾਲ ਹੋ ਯਾਰ, ਤੁਸੀਂ ਲਾਦ ਨੇ ਪੌਣਾ ਘੰਟਾ, ਮੈਂ ਤਾਂ ਉਹੀ 10 ਮਿੰਟ ਲਾ ਸਕਦਾ, ਮੈਂ ਕੋਈ ਦੂਬਾ ਤਾਂ ਮੈਂ ਮੁੱਕ ਜਾਂਦਾ ਕਵਾਂ। ਅਸੀਂ ਕਹਿ ਜੀ ਚਲੋ ਟਾਈਮ ਦੀ ਗੱਲ ਹੈ ਜੀ, ਪਰ ਤੁਸੀਂ 10 ਮਿੰਟ ਦੇ ਵਿੱਚ ਹੀ ਪੌਣੇ ਘੰਟੇ ਨੂੰ ਵਧੀਆ ਕੰਮ ਕਰ ਦਿੰਦੇ ਹੋ, ਅਤੇ ਖੈਰ ਬਹੁਤ ਵਧੀਆ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਸੀ। ਇੱਕ ਉਹਨਾਂ ਦਾ ਗੀਤ ਮੈਂ ਸਾਂਝਾ ਕਰਦਾ, ਫਿਰ ਤੁਹਾਡਾ ਦੂਜਾ ਵਿਆਹ ਫਿਲਮ ਆਈ ਸੀਗੀ 1981 ਦੇ ਵਿੱਚ, ਅਤੇ 1984 ਦੇ ਵਿੱਚ ਆਈ ਸੀ ਦੂਜਾ ਵਿਆਹ ਫਿਲਮ, ਵੇਦ ਗੋਸਵਾਮੀ ਸੀ ਉਹ 'ਚ, ਅਤੇ ਰਜਨੀ ਬਾਲਾ ਸੀਗੀ ਹੀਰੋਇਨ, ਅਤੇ ਉਹਦਾ ਇੱਕ ਗਾਣਾ ਵੀ ਕੁਆਰੇ। ਤਕਰੀਬਨ ਮੋਸਟਲੀ ਫਿਲਮਾਂ ਦੇ ਵਿੱਚ ਆਪਾਂ ਨੂੰ ਮੇਹਰ ਮਿੱਤਲ ਸਾਹਿਬ ਇਹੀ ਦੱਸਦੇ ਵੀ ਸ਼ਾਇਦ ਜ਼ਿੰਦਗੀ ਭਰ ਇਹਨਾਂ ਦਾ ਵਿਆਹ ਨਹੀਂ ਹੋਇਆ ਹੋਣਾ, ਕਿਉਂਕਿ ਜਿਹੜੇ ਗਾਣੇ ਵੀ ਆਉਂਦੇ ਨੇ ਰੋਲ ਵੀ ਇੱਦਾਂ ਦਾ ਹੀ ਕਰਦੇ ਹੈ ਕਿ ਹਾਂ ਕਦੋਂ ਸਾਡਾ ਵਿਆਹ ਹੋਊ ਕਦੋਂ ਹੋਊ, ਇਹਦੇ 'ਚ ਵੀ ਇਹੀ ਹੈਗਾ ਦੂਜਾ ਵਿਆਹ ਫਿਲਮ ਦੇ ਵਿੱਚ ਵੀ ਕਿ ਅਸੀਂ ਪਹਿਲੇ ਜਹਾਨੋਂ ਕੁਆਰੀ ਤੁਰ ਜਾਣਾ ਜੀ। ਬਿਲਕੁਲ, ਕਹਿੰਦੇ ਕੁੜੀਆਂ ਦਾ ਕਾਲ ਪੈ ਗਿਆ, ਅਕਸਰ ਮੇਹਰ ਮਿੱਤਲ ਸਾਹਿਬ ਦੇ ਸਾਰੀਆਂ ਫਿਲਮਾਂ ਦੇ ਵਿੱਚ ਹੀ ਕਾਲ ਹੁੰਦਾ ਸੀਗਾ, ਪਰ ਇਹ ਜਿਵੇਂ ਰੋਲ ਕਰਦੇ ਸੀ ਨਾ ਬੰਦੇ ਦੀ ਉਹੋ ਜਿਹੀ ਆਦਤ ਬਣ ਜਾਂਦੀ ਆ, ਆਦਤ ਤਕਰੀਬਨ ਉਹੋ ਜਿਹੀ ਥੋੜ੍ਹੀ ਬਹੁਤ ਬਣ ਜਾਂਦੀ। ਵੈਸੇ ਕਈ ਬੰਦੇ ਜਿਹੜੇ ਹੈਗੇ ਨੇ ਉਹ ਜ਼ਰੂਰੀ ਨਹੀਂ ਕਿ ਜਿਹੋ ਜਿਹਾ ਰੋਲ ਕਰਦੇ ਉਹੋ ਜਿਹਾ ਹੀ ਉਹ ਆਮ ਜ਼ਿੰਦਗੀ ਦੇ ਵਿੱਚ ਹੋਣ। ਬਹੁਤ ਸਾਰੇ ਵਿਲਨ ਜਿਹੜੇ ਹੈਗੇ ਨੇ ਹਿੰਦੀ ਫਿਲਮਾਂ ਦੇ ਉਹ ਆਮ ਜ਼ਿੰਦਗੀ ਦੇ ਵਿੱਚ ਬੜੇ ਵਧੀਆ, ਬਹੁਤ ਵਧੀਆ ਨੇ, ਬਹੁਤ ਚੰਗੇ ਨੇ, ਬਹੁਤ, ਅਤੇ ਜਿਵੇਂ ਹੁਣ ਕਈ ਇਹੋ ਜਿਹੇ ਵਿਲਨ ਹੈਗੇ ਨੇ ਜਿਨ੍ਹਾਂ ਨੂੰ ਦੇਖ ਕੇ ਉਹ ਕਿਸੇ ਪਾਰਟੀ ਦੇ ਵਿੱਚ ਚੱਲ ਜਾਣ ਅਤੇ ਕੁੜੀਆਂ ਲੁਕ ਜਾਂਦੀਆਂ ਵੀ ਉਹ ਸ਼ਕਤੀ ਕਪੂਰ ਆ ਗਿਆ ਅਤੇ ਗੁਲਸ਼ਨ ਗਰੋਵਰ ਆ ਗਿਆ, ਅਤੇ ਪਰ ਉਹ ਆਮ ਜ਼ਿੰਦਗੀ ਦੇ ਵਿੱਚ ਵਧੀਆ ਬੰਦੇ ਸੀ। ਮਿੱਤਲ ਸਾਹਿਬ ਦਾ ਥੋੜ੍ਹਾ ਥੋੜ੍ਹਾ ਸੁਭਾਅ ਫਿਲਮਾਂ ਦੇ ਨਾਲ ਮਿਲਦਾ ਸੀਗਾ, ਜਾਂ ਤਾਂ ਮਜ਼ਾਕ ਦੇ ਵਿੱਚ ਹੀ ਕਰਦੇ ਹੋਣਗੇ। ਅਸੀਂ ਇੱਕ ਐਡ ਸ਼ੂਟ ਕੀਤੀ ਸੀ ਅਤੇ ਉਹਦੇ 'ਚ ਉਹ ਕਹਿੰਦੇ ਵੀ ਮੈਨੂੰ ਆਹ ਵੀ ਲੈ ਦੂੰ, ਆਹ ਵੀ ਲੈ ਦੂੰ, ਆਹ ਵੀ ਲੈ ਦੂੰ, ਅਤੇ ਆਹ ਵੀ ਲੈ ਦੂੰ, ਉਹ ਕਹਿੰਦੇ ਕਦੋਂ ਲੈ ਕੇ ਦੇ, ਲਾਟ ਹੀ ਨਿਕਲਦੇ, ਕੋਈ ਇੱਦਾਂ ਦਾ ਕੰਸੈਪਟ ਸੀਗਾ, ਅਤੇ ਉਹ ਕਹਿੰਦੇ ਯਾਰ ਮੈਂ ਐਂ 5-4 ਵਾਰੀ ਹੋਰ ਕਰ ਲਵਾਂ। ਮੈਂ ਕਿਹਾ ਜੀ 30 ਸੈਕਿੰਡ ਦੀ ਐਡ ਆ, ਉਹਦਾ ਕੀ ਫਾਇਦਾ, ਉਹ ਚੱਲ ਐਂ ਕਰਕੇ ਤਾਂ ਜੱਗੀ ਛੋਟਾ ਬਾਈ ਤੂੰ ਐਂ ਕਰ ਲਾ ਸ਼ੂਟ, ਤਾਂ ਬਾਅਦ ਦੇ ਵਿੱਚ ਘੱਟਦੀ ਬਾਅਦ 'ਚ ਰਹਿਣ ਦੀ ਪਾਉਣੀ। ਸੋ ਇਹੋ ਜਿਹਾ ਉਹਨਾਂ ਦਾ ਸ਼ੁਗਲ ਮੇਲਾ, ਬਹੁਤ ਜ਼ਿਆਦਾ ਬਹੁਤ ਕਮਾਲ ਦੇ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਸੀਗੀਆਂ ਫਿਲਮਾਂ ਦੇ ਵਿੱਚ ਤਾਂ ਬੜਾ ਕਮਾਲ ਹੁੰਦਾ ਸੀਗਾ। ਕਿੱਤੇ ਵਜੋਂ ਵਕੀਲ ਸੀਗੇ, ਪਰ ਜਦੋਂ ਫਿਲਮਾਂ ਦੇ ਵਿੱਚ ਆ ਗਏ, ਫਿਲਮਾਂ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਕੋਮੇਡੀ, ਅੱਜ ਕੱਲ੍ਹ ਤਾਂ ਖੈਰ ਉਹ ਨਹੀਂ ਚੱਲਦੀ, ਬੋਡੀ ਲੈਂਗੁਏਜ ਵਾਲੀ ਕੋਮੇਡੀ, ਲੰਬਾ ਨਾਲਾ ਲਮਕਾ ਲਿਆ, ਉੜ ਗਏ ਤੋਤੇ ਪਾ ਤੇ ਮੋਛੇ, ਅਤੇ ਉਹ ਸਾਰਾ ਕੁਛ ਜੋ ਮੇਹਰ ਮਿੱਤਲ ਦੇ ਹਿੱਸੇ ਆਇਆ ਉਹਦੇ ਹਿੱਸੇ ਹੀ ਆਇਆ। ਇੱਕ ਛੋਟਾ ਜਿਹਾ ਹੋਰ ਕਲਿੱਪ ਸਾਂਝਾ ਕਰਦੇ, ਫਿਰ ਉਸ ਤੋਂ ਬਾਅਦ ਮੈਂ ਸਮਝਦਾ ਬ੍ਰੇਕ ਤੋਂ ਬਾਅਦ ਹੀ ਤੁਹਾਡੀਆਂ ਗੱਲਾਂ ਵਾਲੇ ਪਾਸੇ ਚੱਲਾਂਗੇ। ਕਲਿੱਪ
ਬਲਬੀਰੋ ਭਾਬੀ ਫਿਲਮ ਦੇ ਵਿੱਚੋਂ ਹੈਗਾ ਉਹ ਵਰਿੰਦਰ ਦੀ ਉਹ ਵੀ ਫਿਲਮ ਸੀਗੀ ਬੜੀ ਮਸ਼ਹੂਰ ਫਿਲਮ ਹੋਈ ਸੀ ਕੁਲਦੀਪ ਮਾਣਕ ਸਾਹਿਬ ਦਾ ਅਤੇ ਉੱਪਰ ਗਾਣਾ ਇੱਕ ਫਿਲਮਾਇਆ ਗਿਆ ਸੀ ਸੋਮਾ ਆਨੰਦ ਉਹਦੇ ਵਿੱਚ ਮੇਨ ਰੋਲ 'ਤੇ ਸੀ ਕਾਫੀ ਕਾਫੀ ਹੋਰ ਆਰਟਿਸਟ ਵੀ ਸੀਗੇ ਇੱਕ ਹਿੱਟ ਫਿਲਮ ਜਿਹੜੀ ਸੀਗੀ ਉਹ ਉਸ ਸਮੇਂ ਦੀ ਸੀਗੀ ਬਲਬੀਰੋ ਭਾਬੀ ਅਤੇ ਉਹਦੇ ਵਿੱਚ ਡਾਕਟਰ ਸੁਰਿੰਦਰ ਸ਼ਰਮਾ ਹੈਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਡੇ ਬਹੁਤ ਸਤਿਕਾਰਯੋਗ ਨੇ ਮਿਲਦੇ ਰਹਿੰਦੇ ਅਕਸਰ ਜਦੋਂ ਜਾਈਏ ਉਹਨਾਂ ਕੋਲ ਸਿੱਖਦੇ ਰਹੀਦੇ ਜਿਹੜੇ ਇੱਕ ਕਿਹੜੀ ਫਿਲਮ ਦੇ ਵਿੱਚ ਉਹਨਾਂ ਦਾ ਡਾਇਲੋਗ ਬੜਾ ਮਸ਼ਹੂਰ ਸੀ ਬੁੱਲ ਜੇ ਹਿਲਾ ਕਹਿੰਦੇ ਸੀ ਮੈਂ ਦਰਿਆ ਪੀ ਜਾਂ ਬੁੱਲ ਫਿਰ ਵੀ ਸੁੱਕੇ ਦੇ ਸੁੱਕੇ ਤਬਾਹੀ ਫਿਲਮ ਦਾ ਸ਼ਾਇਦ ਡਾਇਲੋਗ ਸੀਗਾ ਉਹ ਸੁਰਿੰਦਰ ਸ਼ਰਮਾ ਦੇ ਨਾਲ ਇਹਨਾਂ ਦੀ ਨੋਕ ਝੋਕ ਹੈਗੀ ਹੈ ਔਰ ਮੈਨੂੰ ਇਹ ਸੀਨ ਦੇਖ ਕੇ ਬੜਾ ਹਾਸਾ ਆਇਆ ਗੱਲਬਾਤ ਸਾਡੇ ਦਰਸ਼ਕ ਸਮਝ ਗਏ ਹੋਣਗੇ ਅੱਜ ਆਪਾਂ ਤਕਰੀਬਨ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਕੀਤੀ ਹੈ ਗੱਲ ਜਾਂ ਫਿਰ ਮੇਹਰ ਮਿੱਤਲ ਸਾਹਿਬ ਦੀ ਗੱਲ ਕੀਤੀ ਹੈ ਅਤੇ ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ ਬ੍ਰੇਕ ਤੋਂ ਬਾਅਦ ਫਿਰ ਸਿੱਧਾ ਕਾਲਾਂ ਸਿਲਸਿਲਾ ਸ਼ੁਰੂ ਕਰ ਸਕਦੇ ਹਾਂ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਹੁੰਦਾ ਹਮੇਸ਼ਾ ਸਾਡੇ ਦਰਸ਼ਕਾਂ ਨੂੰ ਪਿਆਰੇ ਪਿਆਰੇ ਪੰਜਾਬੀਆਂ ਨੂੰ ਵੀ ਕੋਈ ਅਪਡੇਟ ਕਰ ਸਕੋ ਤਾਂ ਬਹੁਤ ਵਧੀਆ ਕੋਈ ਜਾਣਕਾਰੀ ਦੇ ਵਿੱਚ ਵਾਧਾ ਅਗਰ ਕਰ ਸਕੋ ਪ੍ਰੋਫੈਸਰ ਮੋਹਨ ਸਿੰਘ ਬਾਰੇ ਮੇਹਰ ਮਿੱਤਲ ਬਾਰੇ ਜਾਂ ਕਨੇਡਾ ਦੇ ਰਿਜ਼ਲਟਾਂ ਬਾਰੇ ਕਨੇਡਾ ਦੇ ਵਿੱਚ ਜਿਹੜੇ ਰਿਜ਼ਲਟ ਚੱਲ ਰਹੇ ਨੇ ਤਾਂ ਉਹ ਬੜਾ ਵਧੀਆ ਲੱਗੂਗਾ ਸਾਡੇ ਜਿਹੜੇ ਲੱਖਾਂ ਦਰਸ਼ਕ ਦੇਖਦੇ ਨੇ ਪੂਰੀ ਦੁਨੀਆ ਵਿੱਚ ਬੈਠੇ ਉਹਨਾਂ ਨੂੰ ਵਧੀਆ ਲੱਗੂਗਾ ਅਤੇ ਮੈਨੂੰ ਵੀ ਵਧੀਆ ਲੱਗੂਗਾ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ ਅਤੇ ਸ਼ੁਰੂ ਕਰਦੇ ਹਾਂ ਕਾਲਾਂ ਦਾ ਸਿਲਸਿਲਾ ਤੁਹਾਡਾ ਜਾਣਦੇ ਤੁਹਾਡੇ ਵਿਚਾਰ ਅਤੇ ਸੁਣਦੇ ਸੁਣਾਉਂਦੇ ਤੁਹਾਡੇ ਕੋਲ ਕੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਲੈਣੇ ਪਹਿਲੀ ਕਾਲ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਗਤਾਰ ਜੀ ਹਰਕੇਸ਼ ਬੋਲ ਰਹੀ ਹਾਂ ਐਲ ਏ ਤੋਂ ਜੀ ਹਾਂਜੀ ਹਾਂਜੀ ਹਰਕੇਸ਼ ਜੀ ਬਹੁਤ ਬਹੁਤ ਸਵਾਗਤ ਹੈ ਪਿਛਲੇ ਹਫ਼ਤੇ ਤੁਹਾਡਾ ਫੋਨ ਆਇਆ ਸੀਗਾ ਅਤੇ ਪਰ ਉਦੋਂ ਸਾਡੇ ਟੈਕਨੀਕਲ ਪ੍ਰੋਬਲਮ ਆ ਗਈ ਸੀ ਤੁਹਾਡੀ ਫਿਰ ਮੇਰੇ ਉਦੋਂ ਹੀ ਦਿਮਾਗ ਦੇ ਵਿੱਚ ਆਇਆ ਵੀ ਤੁਸੀਂ ਅੰਬੀ ਦੇ ਬੂਟੇ ਦੀ ਗੱਲ ਕੀਤੀ ਹੈ ਤਾਂ ਮੈਂ ਅੱਜ ਹਾਂਜੀ ਉਹ ਮੈਂ ਪ੍ਰੋਫੈਸਰ ਮੋਹਨ ਸਿੰਘ ਬਾਰੇ ਰੱਖਾਂ ਵਿਸ਼ਾ ਠੀਕ ਹੈ ਜੀ ਪਰ ਤੋਂ ਲੜਕੀ ਥੋੜਾ ਕਹਿ ਬੈਠੀ ਹੈ ਮੈਂ ਵੀ ਕਹਿ ਸਕਦੀ ਹਾਂ ਹਾਂਜੀ ਹਾਂਜੀ ਤੁਸੀਂ ਸੁਣਾਓ ਸਗੋ ਤਾਂ ਉਹਨਾਂ ਨੇ ਤਾਂ ਥੋੜੀ ਸੁਣਾਈ ਤੁਸੀਂ ਸੁਣਾਓ ਪੂਰੀ ਕਵਿਤਾ ਬਹੁਤ ਵਧੀਆ ਕਵਿਤਾ ਅੰਬੀ ਦਾ ਬੂਟਾ ਜੀ ਆਲਰਾਈਟ ਥੈਂਕ ਯੂ ਜੀ ਓਕੇ ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨੀ ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿੱਚ ਰਹਿਣਾ ਨੀ ਕੀ ਉਸਦਾ ਕਹਿਣਾ ਨੀ ਵੇੜੇ ਦਾ ਗਹਿਣਾ ਨੀ ਪਰ ਮਾਹੀ ਬਾਜੋ ਨੀ ਪਰਦੇਸੀ ਬਾਜੋ ਨੀ ਇਹ ਮੈਨੂੰ ਵੜਦਾ ਏ ਤੇ ਖੱਟਾ ਲੱਗਦਾ ਏ ਇਸ ਬੂਟੇ ਥੱਲੇ ਜੇ ਮੈਂ ਚਰਖਾ ਉਡਾਨੀ ਆ ਤੇ ਜੀ ਪਰਚਾਵਣ ਲਈ ਦੋ ਤੰਦਾਂ ਪਾਉਣੀ ਆ ਕੋਇਲ ਦੀਆਂ ਕੂਕਾਂ ਨੀ ਮਾਰਨ ਬੰਦੂਕਾਂ ਨੀ ਪੀੜੇ ਨੂੰ ਪੰਨਾ ਨੀ ਚਰਖੀ ਨੂੰ ਫੂਕਾਂ ਨੀ ਫਿਰ ਡਰਦੀ ਭਾਬੋ ਤੋਂ ਲੈ ਬਹਾਂ ਕਸੀਦਾ ਜੇ ਯਾਦਾਂ ਵਿੱਚ ਡੁੱਬੀ ਦਾ ਦਿਲ ਕਿਧਰੇ ਜੁੜ ਜਾਵੇ ਤੇ ਸੂਈ ਕਸੀਦੇ ਦੀ ਪੋਟੇ ਵਿੱਚ ਪੁੜ ਜਾਵੇ ਫਿਰ ਉੱਠ ਕੇ ਪੀੜੇ ਤੋਂ ਮੈਂ ਪੁੰਜੇ ਬਹਿ ਜਾਵਾਂ ਚੀਚੀ ਤਰ ਠੋਡੀ ਤੇ ਵਹਿਣਾ ਵਿੱਚ ਬਹਿ ਜਾਵਾਂ ਸੁੱਖਾਂ ਦੀਆਂ ਗੱਲਾਂ ਨੀ ਮੇਲੇ ਦੀਆਂ ਕੜੀਆਂ ਨੀ ਖੀਰਾਂ ਤੇ ਕੂੜੇ ਨੀ ਸਾਵਣ ਦੀਆਂ ਚੜੀਆਂ ਨੀ ਸੋਹਣੇ ਦੇ ਤਰਲੇ ਨੀ ਤੇ ਮੇਰੀਆਂ ਅੜੀਆਂ ਨੀ ਜਾਂ ਚੇਤੇ ਆ ਜਾਵਣ ਲੋੜਾ ਹੀ ਪਾ ਜਾਵਣ ਸੋਹਣੇ ਦੇ ਤਰਲੇ ਨੀ ਤੇ ਮੇਰੀਆਂ ਅੜੀਆਂ ਨੀ ਜਦ ਚੇਤੇ ਆ ਜਾਵਣ ਲੋੜਾ ਹੀ ਪਾ ਜਾਵਣ ਇਹ ਬਹੁਤ ਲੰਮੀ ਪੋਇਮ ਆ ਜਗਤਾਰ ਸੋ ਇਟ ਵਿਲ ਟੇਕ ਲੌਂਗ ਟਾਈਮ ਜੀ ਜੀ ਬਟ ਥੈਂਕ ਯੂ ਫਾਰ ਗਿਵਿੰਗ ਮੀ ਦੈਟ ਮਚ ਟਾਈਮ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵੈਸੇ ਪੜ੍ਹ ਕੇ ਮੇਰੇ ਖਿਆਲ ਬੋਲਦੇ ਸੀ ਲੰਮੀ ਕਾਫੀ ਕਵਿਤਾ ਹੈਗੀ ਹੈ ਹਾਂ ਇਹ ਤਾਂ ਇਦੋਂ ਵੀ ਚਾਰ ਗੁਣਾ ਹੋਰ ਆ ਹਾਂਜੀ 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 ਚਲੋ ਮਿਹਰਬਾਨੀ ਹਾਂਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਗੀ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਜੀ ਸਰਦਾਰ ਸੁਰਿੰਦਰ ਸਿੰਘ ਜੀ ਵਾਹ ਜੀ ਵਾਹ ਮੇਰਾ ਖਿਆਲ ਹੈ ਵੀ ਜਿਹੜੀਆਂ ਪੰਜਾਬ 'ਚ ਕੈਨੇਡਾ ਦੀ ਸਰਕਾਰ ਦੇ ਅਰਦਾਸਾਂ ਹੁੰਦੀਆਂ ਸ਼ਾਇਦ ਪੂਰੀਆਂ ਹੋ ਜਾਣ ਜੀ ਅੱਛਾ ਹਾਂਜੀ ਟਰੂਡੋ ਲਈ ਬਹੁਤ ਅਰਦਾਸਾਂ ਪੰਜਾਬ 'ਚ ਥੈਂ ਥੈਂ ਹੋ ਰਹੀਆਂ ਸੀ ਦੇਖੋ ਜੀ ਪਰਮਾਤਮਾ ਨਹੀਂ ਟਰੂਡੋ ਦੇ ਚਾਂਸ ਹੈਗੇ ਨੇ ਆਪਣੇ ਜਗਮੀਤ ਸਿੰਘ ਉਹਨਾਂ ਦੇ ਵੀ ਸੀਗਾ ਕਾਫੀ ਲੋਕਾਂ ਨੂੰ ਉਮੀਦ ਪਰ ਉਹਨਾਂ ਦੇ ਮੇਰੇ ਖਿਆਲ ਕਾਫੀ ਸੀ ਪਰ ਉਹ ਸਰਕਾਰ ਦੀ ਮੈਦ ਨਾ ਸੀ ਨਾ ਸਰਕਾਰ ਦੀ ਮੈਦ ਤੇ ਇਸੇ ਪਾਰਟੀ ਦੀ ਪਾਰਟੀ ਵੱਡੀ ਆ ਨਾ ਇਹਦੀ ਮੈਦ ਤੇ ਹੀ ਆ ਹਾਂਜੀ ਤੇ ਬਾਕੀ ਉਹ ਵੀ ਪ੍ਰਦਰਸ਼ਨ ਤਾਂ ਚੰਗਾ ਕਰੂਗੇ ਪਰ ਉਹ ਪਾਰਟੀ ਛੋਟੀ ਆ ਨਾ ਚਲੋ ਬਾਕੀ ਪੰਜਾਬੀਆਂ ਦੀ ਬੱਲੇ ਬੱਲੇ ਹੈਗੀ ਹੈਗੀ ਜੀ ਪਰ ਇੱਕ ਜਿਹੜਾ ਉੱਥੇ ਜਿਹੜੀ ਚੀਜ਼ ਮੈਂ ਮਹਿਸੂਸ ਕੀਤੀ ਸੁਰਿੰਦਰ ਸਿੰਘ ਜੀ ਵੀ ਉੱਥੇ
ਇੱਕ ਜਗ੍ਹਾ ਤਿੰਨ ਤਿੰਨ ਚਾਰ ਚਾਰ ਪੰਜਾਬੀ ਖੜੇ ਨੇ ਇੱਕ ਦੂਜੇ ਦੇ ਖਿਲਾਫ, ਉਹ ਥੋੜਾ ਜਿਹਾ ਔਖਾ ਲੱਗਦਾ। ਆਪਣੀਆਂ ਨਾ ਜਿੱਦਾਂ ਕੋਈ ਕਿਸੇ ਪਾਰਟੀ ਜਾਂ ਕਿਸੇ ਨਾਲ ਸੰਬੰਧ, ਹਾਂਜੀ ਕੋਈ ਕਿਸੇ ਨਾਲ ਸੰਬੰਧ ਦਾ ਹੋਣਾ ਹੀ ਹੈ ਫੇ ਜੀ। ਬਿਲਕੁਲ ਜੀ ਬਿਲਕੁਲ, ਹਾਂਜੀ ਤੁਸੀਂ ਹੁਣ ਤਿੰਨ ਚਾਰ ਪਾਰਟੀਆਂ ਨੂੰ ਸਾਹਮਣੇ ਤਾਂ ਹੋਣਾ ਜਾਂ ਤੁਸੀਂ ਗੱਲ ਕਰਦੇ ਸੀ ਮੋਹਨ ਤੋਂ ਮੇਲੇ ਦੀ, ਹਾਂਜੀ ਉਸ ਵੇਲੇ ਅੱਤਵਾਦ ਦਾ ਬੜਾ ਜੋਸ਼ ਜਦ ਬਿਆਨ ਤੋਂ ਮੁੱਖ ਮੰਤਰੀ ਦਾ ਉੱਥੇ ਲੁਧਿਆਣੇ ਦੇਖਣ ਗਿਆ, ਉੱਥੇ ਮਾਣਕ ਆ ਗਿਆ ਤੇ ਅਸੀਂ ਵੀ ਨਾਲ ਨਾਲ ਤਰੀਕੇ ਵਾਲਾ ਦੇਵ ਸੀਗਾ ਤੇ ਉਹ ਗੇਟ ਨਾ ਖੋਲਣ ਅੰਦਰ ਨੀ ਕਹਿੰਦੇ ਵੜਨ ਦੇਣਾ, ਜਿਹੜੀਆਂ ਮਿੰਟਾਂ ਕਹਿੰਦੇ ਨਹੀਂ ਚਲੋ ਮੋੜ ਤਾਂ ਜੀ ਉਹ ਬਾਹਰ ਜਾ ਕੇ ਕਠੇਰੀ ਗਏ ਸੀ, ਉੱਥੇ ਮਾਣਕ ਨੇ ਲਾ ਦਿੱਤੀ ਜੀ ਫੇਰ 22-23 ਗੀਤ ਗਾਏ ਲਗਾਤਾਰ ਜੱਗੀ, ਉਹ ਦੱਸਦੇ ਲੋਕੀ ਅੰਦਰ ਗਏ ਨੀ ਸਾਰਾ ਅੰਦਰ ਖਾਲੀ ਹੋਗਾ, ਮੈਨੂੰ ਤਾਂ ਕਹਿੰਦਾ ਕਿ ਮਾਣਕ ਨੇ ਅੰਦਰ ਆ ਜਾ, ਕਹਿੰਦਾ ਹੁਣ ਨੀ ਆਉਣਾ ਇੱਥੇ ਚੱਲੂਗਾ ਮਨਾਲੀ ਦੇਵ ਸੀਗਾ ਤਰੀਕੇ ਵਾਲਾ, ਮਾਣਕ ਤਾਂ ਵੱਖਰਾ ਹੀ ਬੰਦਾ ਸੀ। ਹਾਂਜੀ ਬਾਕੀ ਅੰਬੀ ਦਾ ਤੁਸੀਂ ਬੂਟੇ ਦੀ ਗੱਲ ਕੀਤੀ ਉਹਦੇ ਬਾਰੇ ਕੀ ਕਹਿੰਦੇ ਸਾਡੇ ਰਾਜਨੇਤਾ ਜੀ ਪੰਜਾਬ ਵਾਲੇ, ਜੀ ਜੀ ਸਰਕਾਰ ਕਹਿੰਦੀ ਹਰੀ ਕ੍ਰਾਂਤੀ ਲਿਆਵਾਂਗੇ ਰੁੱਖ ਕੱਟ ਕੇ ਸਾਰੇ ਨਵੀਂ ਸੜਕ ਬਣਾਵਾਂਗੇ, ਵਾਹ ਜੀ ਵਾਹ, ਠੇਕੇ ਖੋਲ ਕੇ ਖਜ਼ਾਨਾ ਭਰਨਾ ਨੱਕੋ ਨੱਕ ਘਰ ਦੀ ਕੋਈ ਕੱਢੇ ਕੇਸ ਉਸ ਤੇ ਪਾਵਾਂਗੇ ਜੀ, ਪੋਸਟਿੰਗ ਤਾਂ ਹੋਣੀ ਚਾਚੇ ਤਾਏ ਦੇ ਮੁੰਡੇ ਦੀ, ਪੋਸਟਾਂ ਪੁਲਿਸ ਦੀਆਂ ਜਨਤਾ ਲਈ ਕਢਵਾਵਾਂਗੇ ਜੀ, ਪੜ੍ਹਾਈ ਤੇ ETT ਦੇ ਸੁਪਨੇ ਵੇਖਣ ਨੂੰ ਕੋਰਸਾਂ ਤੋਂ ਬਾਅਦ ਟੈਂਕੀਆਂ ਤੇ ਚੜਾਵਾਂਗੇ, ਪਰਾ ਲਈਏ ਜਮਾਨਤਾਂ ਪਹਿਲਾਂ ਕਾਕਿਆਂ ਦੀਆਂ ਫਿਰ ਜਨਤਾ ਨਾਲ ਰਲ ਕੇ ਮੋਮਬੱਤੀਆਂ ਜਲਾਵਾਂਗੇ, ਮੋਦੀ ਕਹਿੰਦਾ ਨਵੇਂ ਨੋਟ ਚਲਾ ਠੱਗਾਂ ਨੂੰ ਫੜਾਂਗਾ, ਠੱਗ ਕਹਿੰਦੇ ਅਸਲੀ ਇੱਕ ਨਕਲੀ 10 ਬਣਾਵਾਂਗੇ, ਮੋਟੇ ਪੈਸੇ ਲੈ ਕੇ ਕਰਾਂਗੇ ਭਰੂਣ ਹੱਤਿਆ ਨੈਤ, ਮੋਟੇ ਪੈਸੇ ਲੈ ਕੇ ਕਰਾਂਗੇ ਭਰੂਣ ਹੱਤਿਆ ਨੈਤ, ਨੰਨੀਆਂ ਸ਼ਾਮਾਂ ਨੂੰ ਧੁੱਪਾਂ ਤੋਂ ਅਸੀਂ ਬਚਾਵਾਂਗੇ, ਕਰ ਨਾ ਫਿਕਰ ਪੁੱਤਾ ਵੋਟਾਂ ਦਾ ਰੱਬ ਦਾ ਆਸਰਾ ਮਿਲੂ, ਜੇ ਹਾਰਦੇ ਵਿਖੇ ਤਾਂ ਕਿਸੇ ਡੇਰੇ ਜਾ ਕੇ ਡੇਰਾ ਲਾਵਾਂਗੇ, ਸੋਚ ਤੇ ਜੋਸ਼ ਨੂੰ ਖਾ ਲਿਆ ਨਸ਼ਿਆਂ ਨੇ, ਪੱਗ ਬੰਨ ਕਿੱਥੋਂ ਭਗਤ ਸਿੰਘ ਬਣ ਜਾਵਾਂਗੇ, ਲਿਖਵਾ ਕੇ ਅਖਬਾਰ 'ਚ ਵਾਰਸ ਹਾਂ ਸ਼ਹੀਦਾਂ ਦੇ, ਸਾਲ ਵਿੱਚ ਇੱਕ ਦਿਨ ਬੁੱਤ ਨੂੰ ਹਾਰ ਪਾ ਆਵਾਂਗੇ, ਰੁਕੂ ਰਾਹ 'ਚ ਗੱਡੀ ਦੇ ਤਰੱਕੀਆਂ ਦੀ, ਨੋਟਾਂ ਨੂੰ ਪੈਰ ਲਾ ਕੇ ਸਪੀਡ ਤੇ ਭਜਾਵਾਂਗੇ, ਦਿਨ ਤੇ ਰਾਤ ਹੋਣੇ ਫਿਰ ਆਪਣੀ ਮੁੱਠੀ ਵਿੱਚ, ਕਾਲੇ ਚੋਲੇ ਪਾ ਕੇ ਚਿੱਟੇ ਦਿਨ ਦਾ ਧੰਦਾ ਚਲਾਵਾਂਗੇ, ਕੁਝ 10 ਨੰਬਰੀਏ ਮਾਲ ਪੱਤੇ ਤੇ ਰੱਖੇ ਚਮਚੇ ਨੇ, ਵਿਚਾਰੀ ਜਨਤਾ ਨੂੰ ਲਾਰਿਆਂ ਨਾਲ ਪਰਚਾਵਾਂਗੇ, ਰਾਜ ਨਹੀਂ ਸੇਵਾ ਅਸਲੀ ਸਾਡਾ ਮਕਸਦ ਜੱਗੀ ਜੀ, ਰਾਜ ਨਹੀਂ ਸੇਵਾ ਹੈ ਅਸਲੀ ਸਾਡਾ ਮਕਸਦ, ਬਣ ਕੇ ਮੰਤਰੀ ਸੇਵਾ ਆਪਣੀ ਖੂਬ ਕਰਾਵਾਂਗੇ, ਬਣ ਕੇ ਮੰਤਰੀ ਸੇਵਾ ਆਪਣੀ ਖੂਬ ਕਰਾਵਾਂਗੇ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਵੈਸੇ ਗੱਲ ਜਿਹੜੀ ਡੇਰਿਆਂ ਦੀ ਹੋਈ ਹੈ ਤੇ ਇਸ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਇਲੈਕਸ਼ਨਾਂ ਤੋਂ ਪਹਿਲਾਂ ਤੇ ਲਗਭਗ 45 ਮਿੰਟ ਇੱਕ ਡੇਰੇ ਦੇ ਵਿੱਚ, ਅਸੀਂ ਕਿਸੇ ਡੇਰੇ ਨੂੰ ਨਿੰਦਦੇ ਨਹੀਂ, ਚੰਗੇ ਵੀ ਹੋ ਸਕਦੇ, ਚੰਗਾ ਪ੍ਰਚਾਰ ਕਰਨ ਵਾਲੇ ਵੀ ਹੋ ਸਕਦੇ, ਪਰ 45 ਮਿੰਟ ਉਹ ਜਾ ਕੇ ਆਏ ਨੇ ਇਲੈਕਸ਼ਨਾਂ ਤੋਂ ਪਹਿਲਾਂ। ਹੈਲੋ 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 ਜੀ, ਸਤਿ ਸ਼੍ਰੀ ਅਕਾਲ, ਫੋਨ ਕੱਟ ਕੇ ਜੀ ਦੁਬਾਰਾ ਕਰ ਸਕਦੇ ਹੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਕੀ ਹਾਲ ਆ, ਮੈਂ ਕਿ ਉਹ ਮੇਹਰ ਮਿੱਤਲ ਦੀ ਗੱਲ ਕਰਦਾ, ਚਲੋ ਉਹ ਤਾਂ ਜਿਹੜੀ ਕਮੇਟੀ ਉਹਦੀ ਲਾਈਕ ਕਰਦੀ ਸਾਰਿਆਂ ਨੇ ਕੀਤੀ ਆ, ਪਰ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤੇ ਬਹੁਤ ਸੋਹਣੀ ਬਹੁਤ ਸੋਹਣੀ ਜੀ, ਆਪਾਂ ਅਸੀਂ ਸਕੂਲ ਚ ਪੜ੍ਹਦੇ ਸੀ ਅੱਠਵੀਂ ਚ ਜੀ ਜੀ, ਚਲੋ ਕੁੜੀ ਪੋਠੋ ਹਾਰਦੀ, ਕੁੜੀ ਪੋਠੋ ਹਾਰਦੀ, ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ ਜੀ ਫੋਨ। ਹੈਲੋ ਹਾਂਜੀ, ਹੁਣ ਇਹ ਯਾਦ ਹੈ ਦੋ ਲਾਈਨਾਂ ਜੀ, ਕੁੜੀ ਪੋਠੋ ਹਾਰਦੀ ਕੋਈ, ਕੁੜੀ ਪੋਠੋ ਹਾਰਦੀ ਚ ਇਹ ਸੀ ਇੱਕ ਕੁੜੀ ਬਹੁਤ ਬਰੇਵ ਸੀ ਕੋਈ, ਉਹਦਾ ਦੱਸਦੇ ਸੀ, ਉਹਦਾ ਜ਼ਿਕਰ ਕੀਤਾ ਸੀ, ਹਾਂਜੀ ਹਾਂਜੀ ਹਾਂ ਜ਼ਿਕਰ ਕੀਤਾ ਸੀ, ਬਹੁਤ ਹੀ ਸੋਹਣੀ ਕਵਿਤਾ, ਅਸੀਂ ਸਾਰੀਆਂ ਕੁੜੀਆਂ ਬਹੁਤ ਲਾਇਕ ਕਰਦੀਆਂ ਹੁੰਦੀਆਂ ਸੀ ਜੀ ਜੀ ਜੀ, ਵੀ ਬਰੇਵ ਹੋਵੇ ਤਾਂ ਇਦਾਂ ਦਾ ਹੋਵੇ, ਜਾਣੇ ਕੁੜੀਆਂ ਵੀ ਇਦਾਂ ਬਰੇਵ ਹੋਣੀਆਂ ਚਾਹੀਦੀਆਂ। ਹਾਂਜੀ ਨਹੀਂ, ਬਹੁਤ ਸੁਲਝੇ ਹੋਏ ਕਵੀ ਸੀਗੇ, ਬਹੁਤ ਵਧੀਆ ਸਾਫ ਸੁਲਝੇ ਹੋਏ, ਚੰਗਾ ਲਿਖਣ ਵਾਲੇ, ਬਹੁਤ ਵਧੀਆ। ਹਾਂਜੀ ਇਹ ਕਲਾਸ ਵਿੱਚ ਸੀਗੀ ਇਹ ਸਾਡੀ, ਇਹ ਲੱਗੀ ਹੋਈ ਸੀ ਹਾਂ ਪਹਿਲਾਂ ਜਦੋਂ, ਅੱਜ ਕੱਲ੍ਹ ਤਾਂ ਹੁਣ ਹੈ ਹੀ ਨਹੀਂ, ਅੱਜ ਕੱਲ੍ਹ ਦੇ ਨਿਆਣਿਆਂ ਨੂੰ ਤਾਂ ਪੰਜਾਬ ਦੇ ਵਿੱਚ ਵੀ ਨਹੀਂ ਪਤਾ ਇਹਨਾਂ ਦਾ, ਅਤੇ ਪਰ ਪਹਿਲਾਂ ਬਕਾਇਦਾ ਸਬਜੈਕਟ ਦੇ ਵਿੱਚ ਕਵਿਤਾ ਹੁੰਦੀ ਸੀ ਕਿਸੇ ਨਾ ਕਿਸੇ ਤਰ੍ਹਾਂ ਦੀ ਕਵਿਤਾ, ਇਦਾਂ ਦੀਆਂ ਜਿਹੜੀਆਂ ਚੰਗੀਆਂ ਕਹਾਣੀਆਂ ਜਿਹੜੀਆਂ ਬੱਚਿਆਂ ਨੂੰ ਪ੍ਰੇਰਿਤ ਕਰਦੀਆਂ ਉਹ ਇਹ ਸੀ, ਕੁੜੀਆਂ ਅਸੀਂ ਸਾਰੀਆਂ ਨੇ ਕਹਿਣਾ ਸਾਨੂੰ ਵੀ ਡਰਨਾ ਨਹੀਂ ਚਾਹੀਦਾ, ਕਹਾਣੀ ਬੜਾ ਦੇਖ ਕਿੰਨੀ ਵੱਤ ਦਿੰਦੇ ਆ, ਉਹ ਸਾਨੂੰ ਬੜੀ ਫੇਵਰੇਟ ਹੁੰਦੀ ਸੀ ਸਾਡੀ। ਨਹੀਂ ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਲਿਖਦੇ ਨੇ ਉਹ ਸਾਡਾ ਸਾਨੂੰ ਰੋਲ ਮਾਡਲ ਲੱਗਦੀਆਂ ਸੀ, ਹੁਣ ਫਿਲਮਾਂ ਦੇਖਦੇ ਕੋਈ ਐਕਟਰ ਦੇਖਦੇ, ਨਿਆਣੇ ਅੱਜ ਕੱਲ੍ਹ ਵਿਗੜੇ ਜ਼ਿਆਦਾ ਤਾਂ ਆ, ਉਹ ਜਦੋਂ ਕੋਈ ਫਿਲਮ ਦੇਖਦੇ ਆ ਅਤੇ ਉਹ ਰੋਲ ਮਾਡਲ ਉਹ ਲੱਗਦੇ ਨੇ। ਹਾਂ ਬਸ ਸਹੀ ਗੱਲ ਆ, ਸਹੀ ਗੱਲ ਆ, ਚਲੋ ਵੀ ਜੱਗੀ ਓਕੇ ਫਿਰ ਹੈ, ਚਲੋ ਮਿਹਰਬਾਨੀ ਜੀ ਬਹੁਤ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਨੂੰ ਲੱਗਦਾ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਉਹ ਕਵਿਤਾ ਪੜ੍ਹ ਕੇ ਇਹਨਾਂ ਦੇ ਵਿੱਚ ਦਲੇਰੀ ਆ ਜਾਂਦੀ ਸੀਗੀ,
ਸੋ ਇਹ ਚੀਜ਼ਾਂ ਐਵੇਂ ਨਹੀਂ ਸਿਆਣਿਆਂ ਨੇ ਕਹੀਆਂ ਕਿ ਜਿੱਦਾਂ ਆਰਟਿਸਟ ਆ ਜਾਂ ਲੀਡਰ ਹੈਗੇ ਨੇ ਉਹ ਸਾਡੇ ਨਿਆਣਿਆਂ ਦੇ ਰੋਲ ਮਾਡਲ ਨੇ। ਹੁਣ ਅੱਜ ਕੱਲ੍ਹ ਦੇ ਨਿਆਣੇ ਅਸੀਂ ਜੇ ਇੱਥੋਂ ਦੀ ਗੱਲ ਕਰੀਏ ਜੇ ਉਹ ਪੰਜਾਬੀ ਟੀ ਵੀ ਚੈਨਲ ਦੇਖਦੇ ਤਾਂ ਉਹਨਾਂ ਨੂੰ ਟੋਟਲ ਇਹੀ ਲੱਗਦਾ ਵੀ ਸਾਰੇ ਪੰਜਾਬ ਜਿਹੜੇ ਗਏ ਨਹੀਂ ਕਦੇ ਉਹਨੂੰ ਇਹੀ ਲੱਗਦਾ ਪੰਜਾਬ ਤਾਂ ਆਹੀ ਕੁਛ ਆ, ਸਾਰੇ ਪੰਜਾਬ 'ਚ ਇਹੋ ਕੁਛ ਆ ਵੀ ਇਹ ਬੰਦੂਕ ਲੈ ਕੇ ਜਿੱਥੇ ਮਰਜ਼ੀ ਖੜ੍ਹ ਸਕਦੇ ਆ, ਦਾਰੂ ਦੀ ਬੋਤਲ ਜਿੱਥੇ ਮਰਜ਼ੀ ਖੋਲ੍ਹ ਸਕਦੇ ਆ, ਜੀਪ ਖੁੱਲ੍ਹੀ ਲੈ ਕੇ ਕੁੜੀ ਨੂੰ ਜਿਹੜੀ ਮਰਜ਼ੀ ਹੱਥ ਪਾ ਸਕਦੇ, ਵੀ ਇਹਦਾ ਜੱਟਾਂ ਨੂੰ ਲਾਇਸੈਂਸ ਮਿਲਿਆ ਹੋਇਆ, ਸਾਰੇ ਪੰਜਾਬ ਦੇ ਵਿੱਚ ਹੀ ਇਹ ਮਿਲਿਆ ਹੋਇਆ। ਪਰ ਅਸਲ ਦੇ ਵਿੱਚ ਜਿਹੜੀ ਸਹੀ ਤਸਵੀਰ ਹੈ ਉਹ ਪੇਸ਼ ਕਰਦੀ ਹੈ। ਪਰ ਦੂਜਾ ਪੰਗਾ ਇਹ ਹੈ ਸਾਡਾ ਕਿ ਪੂਰੀ ਦੁਨੀਆ ਦਾ ਹੀ ਪੰਗਾ ਇਹ ਹੈ ਵੀ ਚੰਗੀ ਚੀਜ਼ ਜਿਹੜੀ ਹੈ ਉਹ ਘੱਟ ਅਸਰ ਕਰਦੀ ਹੈ, ਮਾੜੀ ਚੀਜ਼ ਜਿਹੜੀ ਹੈ ਉਹ ਫਟਾਫਟ ਜੰਗਲ ਦੀ ਅੱਗ ਵਾਂਗੂ ਫੈਲਦੀ ਹੈ, ਫਟਾਫਟ ਸਭ 'ਤੇ ਫਟਾਫਟ ਅਸਰ ਕਰਦੀ ਹੈ। ਸਭ ਨੂੰ ਲੱਗਦਾ ਵੀ ਯਾਰ ਆਹ ਚੀਜ਼ ਬੜੀ ਵਧੀਆ, ਇੱਕ ਸ਼ੋਰਟਕੱਟ ਪੈਸੇ ਕਮਾਉਣਾ ਅਤੇ ਇੱਕ ਇੱਦਾਂ ਰੋਬ ਮਾਰਨਾ ਜਾਂ ਟੌਰ ਦੇ ਨਾਲ ਤੁਰਨਾ, ਮਤਲਬ ਜੱਟਾਂ ਨੂੰ ਪਤਾ ਨਹੀਂ ਕੀ ਬਣਾ ਰੱਖਿਆ ਵੀ ਕਿਹੜੇ ਲਾਇਸੈਂਸ ਰੱਬ ਨੇ ਉਹਨਾਂ ਨੂੰ ਦਿੱਤੇ ਜੱਟਾਂ ਨੂੰ ਵੀ ਆਹ ਪਤਾ ਨਹੀਂ ਕੁਛ ਵੀ ਕਰ ਲਓ। ਖੈਰ ਹਰ ਤਰ੍ਹਾਂ ਦੀ ਹਰ ਫੀਲਡ ਦੇ ਵਿੱਚ ਲੋਕ ਹੁੰਦੇ ਨੇ, ਜੱਟਾਂ ਦੇ ਵਿੱਚ ਵੀ ਜੇ ਉਸ ਤਰ੍ਹਾਂ ਦੇ ਲੋਕ ਵੀ ਹੋਣਗੇ ਐਸੀ ਗੱਲ ਨਹੀਂ, ਜਿਹੜੇ ਗੀਤਾਂ ਦੇ ਵਿੱਚ ਅਸੀਂ ਪੜ੍ਹਦੇ ਸੁਣਦੇ ਹਾਂ ਜਿਵੇਂ ਆਹ ਹੁਣ ਗੈਂਗਸਟਰ ਵਾਲਾ ਰੌਲਾ ਪਿਆ ਸੀਗਾ, ਅਤੇ ਉਹਨਾਂ ਦੇ ਵਿੱਚੋਂ ਹੀ ਨੇ ਜਿਹੜੇ ਆਹ ਇੱਕ ਦੂਜੇ ਨੂੰ ਧਮਕੀਆਂ ਦੇ ਕੇ ਅਤੇ ਬੰਦੂਕ ਜਿੱਥੇ ਮਰਜ਼ੀ ਕਰ ਲਓ ਗੋਲੀਆਂ ਚਲਾ ਲਾਂਗੇ, ਅਤੇ ਜਦੋਂ ਕਹਿੰਦੇ ਵੀ ਅਸੀਂ ਉੱਥੇ ਬੰਦੂਕ ਚੱਲਦੀ ਜੱਟ ਦੀ ਜਿੱਥੇ ਹਥਿਆਰਾਂ ਦੀ ਪਾਬੰਦੀ ਹੁੰਦੀ ਉੱਥੇ ਗੋਲੀ ਚਲਾਉਂਦਾ ਜੱਟ, ਅਤੇ ਉਦੋਂ ਉਹ ਫਿਰ ਉਹ ਜੱਟ ਕਿਹੜਾ ਉਹ ਨਹੀਂ ਸਮਝ ਆਉਂਦੀ ਜਿਹਦੇ ਕਾਨੂੰਨ ਵੀ ਜਿਹਦੇ ਵਾਸਤੇ ਕੋਈ ਨਹੀਂ ਹੈ। ਚਲੋ ਖੈਰ ਆਪਾਂ ਫਿਰ ਜਿਹੜੀ ਆਪਣੇ ਵਿਸ਼ਿਆਂ ਦੇ ਵੱਲ, ਵਿਸ਼ੇ ਮਤਲਬ ਵਿਸ਼ੇ ਤਾਂ ਕਹਿ ਨਹੀਂ ਸਕਦੇ, ਵਿਸ਼ਾ ਤਾਂ ਕੋਈ ਅੱਜ ਹੁੰਦਾ ਨਹੀਂ, ਵਿਸ਼ਿਆਂ ਤੋਂ ਭਾਵ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਗੱਲ ਕੀਤੀ ਹੈ ਅਤੇ ਮੇਹਰ ਮਿੱਤਲ ਸਾਹਿਬ ਦੀ ਗੱਲ ਤੁਹਾਡੇ ਨਾਲ ਅੱਜ ਕੀਤੀ, ਜ਼ਿਕਰ ਇਹਨਾਂ ਦਾ ਕੀਤਾ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਹਾਜ਼ਰ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਔਰ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਕੀ ਵਿਚਾਰ ਨੇ ਤੁਹਾਡੇ, ਕੀ ਗੱਲਬਾਤ ਕੋਈ ਸਾਡੇ ਲੱਖਾਂ ਪੰਜਾਬੀਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ, ਤਾਂ ਕਾਲਾਂ ਵਾਲੇ ਪਾਸੇ ਹੀ ਚੱਲਦੇ ਹਾਂ। ਹੈਲੋ ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਥਾਈਲੈਂਡ ਤੋਂ ਬੋਲ ਰਿਹਾ। ਥਾਈਲੈਂਡ ਤੋਂ ਬੋਲ ਰਹੇ ਜੀ ਸਰ? ਹਾਂਜੀ ਜੱਗੀ ਜੀ ਨਾਲ ਗੱਲ ਕਰਨੀ। ਹਾਂਜੀ ਮੈਂ ਬੋਲ ਰਿਹਾ ਜੀ, ਤੁਹਾਡੀ ਕਾਲ ਲਾਈਵ ਲੱਗੀ, ਮੈਂ ਜਗਤਾਰ ਜੱਗੀ ਬੋਲ ਰਿਹਾ, ਤੁਸੀਂ ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਸੁਰਜੀਤ ਸਿੰਘ ਪਟਰੀਚਾ, ਬੈਂਕੋਕ ਥਾਈਲੈਂਡ। ਵਾਹ ਜੀ ਵਾਹ, ਥਾਈਲੈਂਡ 'ਚ। ਪੰਜਾਬ ਤੋਂ ਕਿਹੜਾ ਏਰੀਆ ਜੀ ਫਿਰ ਸੁਰਜੀਤ ਸਿੰਘ ਜੀ? ਲੁਧਿਆਣਾ ਜੀ। ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਜੀ, ਬੜੀ ਖੁਸ਼ੀ ਹੋਈ ਸਾਨੂੰ। ਮੈਂ 56 ਇਅਰ ਤੋਂ ਰਹਿੰਦਾ ਇੱਥੇ ਥਾਈਲੈਂਡ। ਅੱਛਾ ਜੀ ਅੱਛਾ, ਚਲੋ ਇੱਥੇ ਪਰ ਟੀਵੀ ਕਿਹੜੇ ਦੇਖਦੇ ਤੁਸੀਂ, ਕੀ ਨੈਟਵਰਕ ਹੈਗਾ ਜਿਹੜਾ ਜਸ ਪੰਜਾਬੀ? ਜਸ ਜੀ, ਜਸ ਜਸ ਪੰਜਾਬੀ। ਹਾਂਜੀ ਹਾਂਜੀ, ਨਹੀਂ ਕਿਹੜੇ ਨੈਟਵਰਕ ਤੇ ਦੇਖਦੇ ਹੋ? ਕੇਬਲ ਹੈ ਕੀ? ਪੰਜਾਬੀ ਹੈ। ਹਾਂਜੀ ਨਹੀਂ ਜੀ ਨਹੀਂ, ਹੁਣ ਤਾਂ ਟੀਵੀ ਹੈ, ਜਸ ਪੰਜਾਬੀ ਆ ਰਿਹਾ, ਤੁਹਾਡਾ ਪ੍ਰੋਗਰਾਮ ਹਮੇਸ਼ਾ ਆਉਂਦਾ ਇਹਦੇ ਉੱਤੇ। ਵਾਹ ਜੀ ਵਾਹ, ਚਲੋ ਬੜੀ ਮਿਹਰਬਾਨੀ ਜੀ, ਬਹੁਤ ਖੁਸ਼ੀ ਹੋਈ ਜੀ ਗੱਲ ਕਰਕੇ ਤੁਹਾਡੇ ਨਾਲ, ਤੇ ਕੀ ਵਿਚਾਰ ਸਾਂਝੇ ਕਰਨੇ ਚਾਹੁੰਦੇ ਜੀ ਸਾਡੇ ਲੱਖਾਂ ਪੰਜਾਬੀਆਂ ਦੇ ਨਾਲ? ਮੈਂ ਨਾ ਇਹਨਾਂ ਨੂੰ ਕਹਿਣਾ ਹੈ, ਮੈਂ ਕੋਈ ਪ੍ਰੋਫੈਸਰ ਮੋਹਨ ਸਿੰਘ ਜਾਂ ਮੋਹਨ ਮਿੱਤਲ ਬਾਰੇ ਨਹੀਂ, ਮੈਂ ਦੋਵਾਂ ਨੂੰ ਜਾਣਨਾ, ਮਿੱਤਲ ਮੇਰੇ ਹੋਟਲ 'ਚ ਠਹਿਰਿਆ ਤੇ ਮੈਂ ਸਿਰਫ ਇਹਨਾਂ ਨੂੰ ਕਹਿਣਾ ਕਿ ਜਦੋਂ ਬਹੁਤ ਅੱਛੇ ਜੱਗੀ ਜੀ, ਪਰ ਜਦੋਂ ਇਹ ਪੱਗ ਲਾ ਕੇ ਗੱਲ ਕਰਦੇ ਨੇ ਨਾ, ਉਦੋਂ ਮੇਰੇ ਸੋਹਣੇ ਨਹੀਂ ਲੱਗਦੇ, ਤੇ ਹਰਪ੍ਰੀਤ ਸਿੰਘ ਇੱਕ ਨੰਬਰ ਦੇ ਬੈਸਟ ਪੱਗ ਬੰਨਦੇ। ਚਲੋ ਬੜੀ ਮਿਹਰਬਾਨੀ ਜੀ, ਇਹਨਾਂ ਨੂੰ ਪੱਗ ਨਾ ਲਾਉਣ ਤੇ ਸਾਡੇ ਨਾਲ ਇਸ ਤਰ੍ਹਾਂ ਦੇਖੀਏ ਤੇ ਦਿਲ ਖੁਸ਼ ਹੋਵੇ। ਚਲੋ ਜੀ ਚਲੋ, ਆਸ਼ੀਰਵਾਦ ਹੈ ਜੀ ਤੁਹਾਡਾ, ਆਸ਼ੀਰਵਾਦ ਹੈ। ਤੇ ਥਾਈਲੈਂਡ 'ਚ ਕੀ ਮਾਹੌਲ ਹੈ ਜੀ ਪੰਜਾਬੀਆਂ ਦਾ ਉੱਥੇ, ਆਪਣੇ ਥਾਈਲੈਂਡ ਦੇ ਵਿੱਚ? ਪੰਜਾਬੀ ਉੱਥੇ ਬੈਸਟ ਦੀ ਬੈਸਟ, ਬਹੁਤ ਅੱਛੇ। ਅੱਛਾ ਜੀ, 1 ਲੱਖ ਉੱਥੇ ਪੰਜਾਬੀ ਔਰ ਬੈਸਟ ਦੀ ਬੈਸਟ, ਸਾਰੇ ਦੁਨੀਆਂ ਨਾਲ ਬੈਸਟ ਪੰਜਾਬੀ। ਤੇ ਕੰਮ ਕਾਰ ਕਿਸ ਤਰ੍ਹਾਂ ਦੇ ਨੇ ਸਾਡੇ ਸੁਰਜੀਤ ਸਿੰਘ ਜੀ, ਕੰਮ ਕਾਰ ਕਿਸ ਤਰ੍ਹਾਂ ਦੇ ਨੇ ਪੰਜਾਬੀਆਂ ਦੇ? ਕੰਮ ਇੱਥੇ ਬਹੁਤਾ ਕੱਪੜੇ ਦਾ ਕੰਮ ਹੈ, ਹੋਲਸੇਲ ਦਾ ਸਾਡੇ ਇੰਡੀਅਨ ਦਾ, ਬਾਕੀ ਹਰ ਤਰ੍ਹਾਂ ਦੇ ਹਨ, ਰੈਡੀਮੇਡ ਵਗੈਰਾ ਸਭ ਕੁਝ, ਹੋਟਲ ਵਗੈਰਾ ਵੀ ਹਨ। ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ, ਬਹੁਤ ਧੰਨਵਾਦ, ਕਰਦੇ ਰਿਹਾ ਕਰੋ ਜੀ, ਸਾਡਾ ਹੌਸਲਾ ਵੱਧਦਾ, ਬੜਾ ਵਧੀਆ ਲੱਗਦਾ ਜੀ, ਮਿਹਰਬਾਨੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮਹਾਰਾਜ, ਕੀ ਹਾਲ ਚਾਲ ਆ? ਬਹੁਤ ਕਿਰਪਾ ਜੀ, ਕਿਰਪਾ ਟੀਵੀ ਦੀ ਆਵਾਜ਼ ਮਾਸਾ ਘੱਟ ਕਰ ਲਓ। ਹਾਂ ਲਓ ਜੀ, ਮਿਹਰਬਾਨੀ। ਹਾਂਜੀ ਹਾਂਜੀ ਹਾਂਜੀ, ਕੌਣ ਬੋਲ ਰਿਹਾ? ਮਾਸਟਰਪੁਰ ਸਰ, ਮਾਸਟਰਪੁਰ ਸੇ ਬੋਲ ਰਿਹਾ ਹਲੇ ਤੂੰ? ਮਾਸਟਰ ਜੀ ਥੋੜ੍ਹੀ ਜਿਹੀ ਹੋਰ ਘੱਟ ਕਰਨੀ ਪੈਣੀ ਹੈ। ਲਓ ਜੀ ਹੋਰ ਘੱਟੀ। ਬਸ ਜੀ ਬਸ, ਹਾਂਜੀ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਗੱਲ ਇਹ ਵਾ, ਤੁਸੀਂ ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ ਦੀ ਗੱਲ ਕਰ ਰਹੇ ਹੋ, ਪ੍ਰੋਫੈਸਰ ਮੋਹਨ ਸਿੰਘ ਬਾਰੇ। ਪ੍ਰੋਫੈਸਰ ਮੋਹਨ ਸਿੰਘ ਬਹੁਤ ਵੱਡਾ ਕਵੀ ਸੀਗਾ, ਅਸੀਂ 6ਵੀਂ 7ਵੀਂ 8ਵੀਂ 'ਚ ਹੁੰਦੇ ਸੀਗੇ, ਹੁਣ ਤਾਂ ਰਿਟਾਇਰ ਹੋ ਗਏ ਹਾਂ। ਅੱਛਾ ਜੀ। ਉਹ 'ਚ ਇੱਕ ਕਵਿਤਾ ਹੁੰਦੀ ਸੀ, ਸਿਪਾਹੀ ਦਾ ਦਿਲ। ਸਿਪਾਹੀ ਦਾ ਦਿਲ, ਦਿਲ ਹਾਂਜੀ। ਉਹ 'ਚ ਅੱਜ ਵਾਗਾ ਛੱਡਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ,
ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ ਤੇ ਟੁੱਟ ਪਏ ਨੇ ਵੈਰੀ ਪੰਜਾਬ ਉੱਤੇ। ਅਖੀਰ ਦੇ ਵਿੱਚ ਉਹਦੇ ਮੈਂ ਅਖੀਰ ਦਾ ਸਾਰ ਦੱਸਣ ਲੱਗਾ ਵਿੱਚੋਂ ਜ਼ਿਆਦਾ ਲੰਬੀ ਕਹਾਵਾ। ਜੇ ਮੈਂ ਜੀ ਜੋ ਉਹਦੀ ਦੇਸ਼ ਭਗਤੀ ਇੰਨੀ ਸੀ ਉੱਥੇ ਸਿਪਾਹੀ ਦੀ ਗੱਲ ਦਿਖਾਈ ਦੇਸ਼ ਭਗਤੀ ਵਿਖਾਈ ਸੀ। ਜੇ ਮੈਂ ਜੀਵਦਾ ਜਾਗਦਾ ਪਰਤੇ ਆਇਆ ਤੇ ਰੱਖ ਸਾਈ ਦੀ ਮੈਨੂੰ ਬੁਲਾ ਛੱਡੀ, ਨਹੀਂ ਤੇ ਪੁੱਤ ਜਦ ਮੇਰਾ ਜਵਾਨ ਹੋਇਆ ਤੇ ਤੇਗ ਉਸ ਨੂੰ ਮੇਰੀ ਫੜਾ ਛੱਡੀ। ਕਿਆ ਬਾਤ ਹੈ ਜੀ, ਦੇਖੋ ਇੰਨੀ ਦੇਸ਼ ਭਗਤੀ ਉਹਨੇ ਉਸ ਕਵਿਤਾ ਦੇ ਵਿੱਚ ਸਿਪਾਹੀ ਦੇ ਦਿਲ ਦੇ ਵਿੱਚ, ਉਹ ਸਿਪਾਹੀ ਦਾ ਦਿਲ ਸਰ ਹੁਣ ਤਾਂ ਯਾਦ ਹੈ ਉਹ ਕਵਿਤਾ, ਕਾਫੀ ਲੰਬੀ ਕਵਿਤਾ, ਮੈਂ ਸਾਰੀ ਨਹੀਂ ਸੁਣਾ ਸਕਦਾ ਤੁਹਾਨੂੰ, ਪਹਿਲੀਆਂ ਚਾਰ ਲਾਈਨਾਂ ਤਾਂ ਅਖੀਰੀਆਂ ਚਾਰ ਲਾਈਨਾਂ ਮੈਂ ਸੁਣਾਈਆਂ ਨੇ। ਜੀ ਜੀ ਅੱਛਾ, ਵੈਸੇ ਅਗਰ ਗੱਲ ਕਰੀਏ ਮਾਸਟਰ ਜੀ, ਜਿਵੇਂ ਪਹਿਲਾਂ ਇੱਕ ਸਾਡੇ ਕਾਲਰ ਨੇ ਕਿਹਾ ਕਿ ਅਸੀਂ ਉਹਨਾਂ ਦੀ ਕੁੜੀ ਪੋਠੋਹਾਰ ਦੀ ਕਵਿਤਾ ਪੜ੍ਹ ਕੇ ਸਾਡੇ ਦਲੇਰੀ ਆ ਜਾਂਦੀ, ਜਦੋਂ ਆਹ ਕਵਿਤਾ ਕੋਈ ਸਿਪਾਹੀ ਸੁਣਦਾ ਹੋਏਗਾ ਜਾਂ ਪੜ੍ਹਦਾ ਹੋਏਗਾ ਤਾਂ ਉਹ 'ਚ ਮੱਲੋ ਮੱਲੀ ਜੋਸ਼ ਆ ਜਾਂਦਾ ਹੋਏਗਾ। ਹਾਂ ਦੇਖੋ ਸਿਪਾਹੀ ਦਾ ਦੇਸ਼ ਭਗਤੀ ਵਿਖਾਈ ਹੈ, ਬਹੁਤ ਵਧੀਆ ਕਵੀ ਸਿਪਾਹੀ ਦਾ ਦਿਲ। ਤੁਸੀਂ ਮਿਲੇ ਕਦੇ ਪ੍ਰੋਫੈਸਰ ਸਾਹਿਬ ਨੂੰ ਮਿਲੇ ਹੋ ਕਦੇ ਸਵਾਬ ਬਣਿਆ? ਪ੍ਰੋਫੈਸਰ ਸਾਹਿਬ ਮਿਲਣ ਤੇ ਨਹੀਂ, ਉਹਦੇ ਵੇਲੇ ਪੜ੍ਹਿਆ ਜ਼ਰੂਰ ਹੈ, ਉਹਦੀਆਂ ਪੜ੍ਹੀਆਂ ਜਿਵੇਂ ਅੰਬੀ ਦਾ ਬੂਟਾ ਜਿਹੜਾ ਕਿ ਭੈਣ ਜੀ ਨੇ ਸੁਣਾਇਆ ਹੈ, ਬਹੁਤ ਵਧੀਆ ਸੁਣਾਇਆ ਉਹ, ਮੈਂ ਸਾਰਾ ਤੁਹਾਨੂੰ ਸੁਣਾ ਸਕਦਾ, ਮੈਨੂੰ ਯਾਦ ਹੈ, ਬਹੁਤ ਵਧੀਆ ਜਿਹੜਾ ਹੈ ਅੰਬੀ ਦਾ ਬੂਟਾ। ਅੰਬੀ ਦਾ ਬੂਟਾ ਹੋਰ ਵੀ ਇਹਦੀਆਂ ਕਵਿਤਾ ਜਿਹੜੀਆਂ ਮੈਂ ਪੜ੍ਹੀਆਂ ਨੇ। ਜੀ ਜੀ ਜੀ, ਕਿਹੜੀ ਕੋਈ ਹੋਰ ਕਵਿਤਾ ਦੀਆਂ ਦੋ ਲਾਈਨਾਂ ਸੁਣਾਓ ਜੀ, ਕੋਈ ਵੀ ਜਿਹੜੀ ਯਾਦ ਨੇ ਅੰਬੀ ਦਾ ਬੂਟਾ ਤੋਂ ਬਿਨਾਂ। ਅੰਬੀ ਦਾ ਬੂਟਾ ਤੋਂ ਬਿਨਾਂ ਕੋਈ ਸੁਣਾਓ ਜ਼ਰੂਰ ਸਾਡੇ ਦਰਸ਼ਕਾਂ ਨੂੰ ਜੇ ਯਾਦ ਨੇ ਕੋਈ ਦੋ ਲਾਈਨਾਂ। ਹਾਂ, ਬਸੰਤ ਬਸੰਤ ਕਿਮ ਬਣਿਆ ਮੈਂ ਸ਼ਹਿਰ ਜੇ ਤੂੰ ਨਾ ਮਰਦੀ। ਵਾਹ ਜੀ ਵਾਹ, ਦੁਬਾਰਾ ਬਸੰਤ, ਉਹਦੀ ਵਾਈਫ ਦਾ ਨਾਮ ਪਹਿਲੀ ਦਾ ਬਸੰਤ ਸੀ। ਬਸੰਤ, ਅੱਛਾ ਜੀ। ਬਸੰਤ ਕਿੰਜ ਬਣਿਆ ਮੈਂ ਸ਼ਹਿਰ ਜੇ ਤੂੰ ਨਾ ਮਰਦੀ, ਮੈਂ ਨਾ ਬਣਦਾ ਸ਼ਹਿਰ ਉਹਦੀ, ਬਹੁਤ ਵਧੀਆ। ਹਾਂਜੀ ਵਾਹ ਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਔਰ ਇਹ ਗੱਲਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਉਹਦਾ ਵਾਕਿਆ ਕੋਈ ਨਾ ਕੋਈ ਮਤਲਬ ਬਣ ਜਾਂਦਾ, ਗੱਲਾਂ ਗੱਲਾਂ ਦੇ ਵਿੱਚੋਂ ਗੱਲ ਬਣ ਜਾਂਦੀ ਹੈ ਅਤੇ ਗੱਲਾਂ ਗੱਲਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਜਾਂਦਾ। ਅਗਰ ਅਸੀਂ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਦੀਆਂ ਕਵਿਤਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਅਜਿਹਾ ਕੁਝ ਹੀ ਸੀਗਾ ਕਿ ਜਿਹਦੇ ਸਾਨੂੰ ਸਿੱਖਣ ਨੂੰ ਮਿਲਦਾ ਸੀ, ਜਿਹੜੀ ਸਾਨੂੰ ਜੋਸ਼ ਵੀ ਦਿੰਦਾ ਸੀ, ਜਿਹੜਾ ਕੁਝ ਸੇਧ ਵੀ ਬਹੁਤ ਸਾਰੀਆਂ ਕਵਿਤਾਵਾਂ ਉਹਨਾਂ ਦੀਆਂ ਦਿੰਦੀਆਂ ਸੀ। ਐਵੇਂ ਨਹੀਂ ਉਹਨਾਂ ਦੀ ਯਾਦ ਦੇ ਵਿੱਚ ਮੇਲੇ ਲੱਗਦੇ, ਔਰ ਮੇਲੇ ਜਿਹੜੇ ਲੱਗਣੇ ਹੁੰਦੇ ਆ ਇਹ ਇਹੋ ਜਿਹੇ ਸਾਹਿਤਕਾਰਾਂ ਦੀ ਯਾਦ ਦੇ ਵਿੱਚ ਲੱਗਦੇ ਨੇ। ਸੋ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਗੱਲ ਕਰੀਏ ਤਾਂ ਜਗਦੇਵ ਸਿੰਘ ਜੱਸੋਵਾਲ, ਪ੍ਰਗਟ ਗਰੇਵਾਲ ਜੱਸੋਵਾਲ ਸਾਹਿਬ ਨੇ ਖਾਸ ਤੌਰ 'ਤੇ ਮੇਲਾ ਸ਼ੁਰੂ ਕੀਤਾ ਸੀ ਜਿਹੜਾ ਕਿ ਅੱਜ ਵੀ ਚੱਲਦਾ ਹੈਗਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਖਾਲਸਾ ਰਾਜੀ ਫਤਿਹ। ਹਾਂ ਖਾਲਸਾ, ਵਾਹਿਗੁਰੂ ਫਤਿਹ ਜੀ, ਕੌਣ ਸਾਹਿਬ ਬੋਲ ਰਹੇ ਜੀ? ਭਾਅ ਜੀ ਆਪਣਾ ਨਾਮ ਲੱਕੀ ਹੈਗਾ। ਲੱਕੀ ਜੀ? ਜੀ ਭਾਅ ਜੀ। ਕਿਹੜੀ ਜਗ੍ਹਾ ਤੋਂ ਭਾਅ ਜੀ? ਭਾਅ ਜੀ ਆਪਾਂ ਜੰਮੂ ਤੋਂ ਹੈਗੇ। ਅੱਛਾ, ਨਹੀਂ ਇੱਥੇ ਕਿਹੜੀ ਜਗ੍ਹਾ ਰਹਿੰਦੇ ਹਾਂ? ਬਾਹਰ ਭਾਅ ਜੀ ਆਪਾਂ ਨਿਊਯਾਰਕ ਤੋਂ। ਨਿਊਯਾਰਕ? ਅੱਛਾ ਅੱਛਾ, ਕੀ ਕਹਿਣਾ ਚਾਹੁੰਦੇ ਭਾਅ ਜੀ? ਜੀ ਭਾਅ ਜੀ ਜੀ, ਨਿਊਯਾਰਕ ਤਾਂ ਨਿਊਯਾਰਕ ਕਿਹੜੇ ਨਹੀਂ ਕਰਨੇ, ਚੰਗਾ ਰੌਣਕ ਮੇਲਾ ਲੱਗਿਆ ਸੀ ਪਿਛਲੇ ਦਿਨਾਂ 'ਚ। ਅੱਜ ਕੋਈ ਵਿਸ਼ਾ ਨਹੀਂ ਹੁੰਦਾ ਜੀ, ਤੇ ਅੱਜ ਸੋਮਵਾਰ ਵਾਲੇ ਦਿਨ ਕੁਛ ਵੀ ਸੁਣਾ ਸਕਦੇ, ਕੋਈ ਗੀਤ ਸੰਗੀਤ ਦੀ ਗੱਲ ਕਰ ਸਕਦੇ ਆ, ਕੋਈ ਆਪਣੇ ਮਨ ਦੀ ਗੱਲ ਜਿਹੜੀ ਉਹ ਕਰ ਸਕਦੇ ਨੇ ਸੋਮਵਾਰ ਵਾਲੇ ਦਿਨ, ਬਾਕੀ ਦਿਨ ਬਕਾਇਦਾ ਵਿਸ਼ੇ ਹੁੰਦੇ ਆ। ਜੀ ਬਾਜੀ ਜੀ ਜੀ, ਠੀਕ ਹੈ, ਚਲੋ ਮਿਹਰਬਾਨੀ ਜੀ ਕਾਲ ਕਰਨ ਵਾਸਤੇ, ਤੁਹਾਡਾ ਬਹੁਤ ਧੰਨਵਾਦ। ਲੱਕੀ ਜੀ ਕਾਲ ਕਰਦੇ ਰਹੇ, ਕੋਈ ਹੈ ਸ਼ੌਕ ਵਗੈਰਾ ਹੈ ਕੁਛ ਆਵਾਜ਼ ਗਾਉਣ ਦਾ ਜਾਂ ਕੁਛ ਲਿਖਣ ਦਾ? ਬਹੁਤ ਚੰਗੀ ਗੱਲ, ਬਹੁਤ ਚੰਗੀ ਗੱਲ ਹੈ ਜੀ, ਕਾਲ ਤੁਸੀਂ ਕੀਤੀ, ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਕੌਣ ਬੋਲਦੇ? ਮੈਂ ਸਰਵਨ ਭੱਟੀ ਬੋਲਦਾ। ਭੱਟੀ ਸਾਹਿਬ ਕੀ ਕਹਿਣਾ ਚਾਹੁੰਦੇ? ਮੈਂ ਗੱਲ ਕਰਨੀ ਚਾਹੁੰਦਾ ਜੀ। ਜੀ ਜ਼ਰੂਰ ਗਾਓ ਜੀ ਗਾਣਾ। ਓਕੇ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਭੱਟੀ ਸਾਹਿਬ, ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ, ਕਾਲ ਲਾਈਵ ਲੱਗੀ ਤਾਂ ਤੁਸੀਂ ਆਪਣੀ ਜਿਹੜੀ ਵੀ ਤੁਹਾਡੇ ਮਨ ਦੀ ਗੱਲ ਹੈ ਉਹ ਕਰ ਸਕਦੇ ਹੋ। ਭੱਟੀ ਸਾਹਿਬ ਕੀ ਸੁਣਾਉਣਾ ਚਾਹੁੰਦੇ ਹੋ, ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹਾਂਜੀ ਜੁਬਾੜੀ ਤੋਂ ਮੈਂ। ਵਾਹ ਜੀ ਵਾਹ। ਹਾਂਜੀ ਕੀ ਸੁਣਾਉਣਾ ਚਾਹੁੰਦੇ? ਹਾਂਜੀ ਜੀ ਸੁਣਾਓ ਜੀ, ਜ਼ਰੂਰ, ਸਮਾਂ ਬਹੁਤ ਥੋੜ੍ਹਾ। ਹਾਂਜੀ ਹਾਂਜੀ,
ਹੋਰ ਭਾਜੀ ਕਿੱਦਾਂ ਹਾਲ ਚਾਲ? ਵਧੀਆ ਜੀ, ਮੈਨੂੰ ਇਹ ਸੀ ਸ਼ਾਇਦ ਤੁਸੀਂ ਕੋਈ ਗਾਣਾ ਸੁਣਾਉਣਾ ਚਾਹੁੰਦੇ, ਬੜੀ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡਾ ਭਾਜੀ, ਬਹੁਤ ਧੰਨਵਾਦ। ਸੋ ਇਹ ਤਾਂ ਫਿਰ ਆਪਣੀਆਂ ਹਾਲ ਚਾਲ ਦੇ ਵਿੱਚ ਹੀ ਟਾਈਮ ਲੰਘ ਜਾਣਾ ਸੀਗਾ, ਕਿਉਂਕਿ ਉੱਪਰੋਂ ਬ੍ਰੇਕ ਦਾ ਟਾਈਮ ਵੀ ਹੋਇਆ ਅਤੇ ਉੱਪਰੋਂ ਕਾਲਾਂ ਵੀ ਤੁਹਾਡੀਆਂ ਲਗਾਤਾਰ ਆ ਰਹੀਆਂ ਨੇ, ਕੁਛ ਸੁਣਨਾ ਸੁਣਾਉਣਾ ਚਾਹੁੰਦੇ ਤੁਸੀਂ, ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਫਿਰ ਫਟਾਫਟ ਕਾਲਾਂ ਲੈਣ ਦੀ, ਦੇਖਦੇ ਰਹੋ ਜਸ ਪੰਜਾਬੀ ਜੀ। ਪ੍ਰੋਗਰਾਮ ਦਾ ਆਖਰੀ ਪੜਾਅ ਅਤੇ ਕਾਲਾਂ, ਮੈਂ ਮੁਆਫ਼ੀ ਚਾਹੁੰਦਾ ਹੱਥ ਬੰਨ੍ਹ ਕੇ ਕਿ ਕਾਲਾਂ ਹੋਰ ਨਹੀਂ ਲੈ ਹੋਣੀਆਂ। ਸਮਾਂ ਤਕਰੀਬਨ ਤਕਰੀਬਨ ਸਮਾਪਤੀ ਹੋ ਚੁੱਕਾ ਹੈ, ਸਮਾਪਤੀ ਦੇ ਨੇੜੇ ਵੀ ਨਹੀਂ ਕਹਿ ਸਕਦੇ, ਮੈਂ ਸੈਕਿੰਡ ਵੀ ਨਹੀਂ ਹੁੰਦਾ ਰਹਿ ਗਿਆ, ਸੈਕਿੰਡ ਵੀ ਮੁੱਕ ਗਿਆ। ਸੋ ਸਾਰਿਆਂ ਨੂੰ ਅੱਜ ਮੈਂ ਹੱਥ ਬੰਨ੍ਹ ਕੇ ਮੁਆਫ਼ੀ ਵੀ ਚਾਹੁੰਦਾ ਜੀ, ਜਿੰਨੇ ਕਾਲਰ ਨੇ ਬਾਕੀ ਗੱਲਾਂ ਜਿਹੜੀਆਂ ਕੱਲ੍ਹ ਨੂੰ ਲਵਾਂਗੇ ਅਤੇ ਕੱਲ੍ਹ ਨੂੰ ਗੱਲਬਾਤ ਹੋਊਗੀ ਆਪਣੀ ਬਕਾਇਦਾ ਕਿਸੇ ਵਿਸ਼ੇ 'ਤੇ। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਵਾਸਤੇ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਹੈ ਜੀ, ਜਾਂ ਫਿਰ ਜਿਹੜਾ ਨੰਬਰ ਸਾਡਾ ਹੈਗਾ ਮੇਰਾ ਸੈੱਲ ਨੰਬਰ, ਉਹ ਵੀ ਤੁਹਾਡੇ ਕੋਲ ਹੈਗਾ 209-455-3363। ਉੱਥੇ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਸਾਡੇ ਚੈਨਲਾਂ ਬਾਰੇ, ਤਾਂ ਜ਼ਰੂਰ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਬੜੀ ਖੁਸ਼ੀ ਹੋਈ ਸਾਨੂੰ ਜਦੋਂ ਅਮੈਰੀਕਾ ਕਨੇਡਾ ਤੋਂ ਕਿਤੇ ਹੋਰ ਕਾਲ ਆਉਂਦੀ, ਜਿਵੇਂ ਅੱਜ ਥਾਈਲੈਂਡ ਤੋਂ ਕਾਲ ਆਈ ਸੀ, ਆਸਟ੍ਰੇਲੀਆ ਤੋਂ ਵੀ ਕਦੇ ਕਦੇ ਕੋਈ ਕੋਈ ਕਾਲ ਆ ਜਾਂਦੀ ਹੈ। ਸੋ ਬੜਾ ਚੰਗਾ ਲੱਗਦਾ ਜੀ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋ ਤਾਂ ਸਾਡੇ ਜਸ ਪੰਜਾਬੀ ਦੇ ਲਾਈਵ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਦੇ ਹੋ ਕਾਲ ਕਰਕੇ। ਔਰ ਮੇਰੇ ਪ੍ਰੋਗਰਾਮ ਦੀ, ਮੇਰੇ ਨੰਬਰ ਦੀ, ਟੈਲੀਫੋਨ ਨੰਬਰ ਦੀ ਗੱਲ ਕਰੀਏ, ਮੇਰੇ ਪ੍ਰੋਗਰਾਮ ਦੇ ਟੈਲੀਫੋਨ ਨੰਬਰ ਦੀ ਗੱਲ ਕਰੀਏ ਤਾਂ ਮੇਰੇ ਪ੍ਰੋਗਰਾਮ ਦਾ ਟੈਲੀਫੋਨ ਨੰਬਰ ਟੋਲ ਫਰੀ ਹੈ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਕਰੋਗੇ ਤਾਂ ਇਹਦਾ ਬਿੱਲ ਕੋਈ ਨਹੀਂ ਆਉਣਾ, ਸਿੱਧਾ ਕਰ ਸਕਦੇ ਹਾਂ। ਟੋਲ ਫਰੀ ਨੰਬਰ ਦਾ ਮਤਲਬ ਹੀ ਇਹ ਹੁੰਦਾ ਕਿ ਕਰਨ ਵਾਲੇ ਨੂੰ ਕੋਈ ਪੈਸਾ ਨਹੀਂ ਪੈਂਦਾ, ਫਿਰ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਾਲ ਕਰਦੇ ਹੋ ਤਾਂ ਬੜਾ ਵਧੀਆ ਲੱਗਦਾ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ।